الحمد لله الذي خلق الأرضين والسماوات والصلاة والسلام على محمد صاحب المعجزات وعلى آله وأصحابه ذوي الكرامات أما بعد فأعوذ بالله من الشيطان اللعين الرجيم بسم الله الرحمن الرحيم وَوَارِثَ سُلَيْمَانُ دَاوُدَ صَدَقَ اللَّهُ مَوْلَانَا الْعَظِيمُ إِنَّ اللَّهَ وَمَلَائِكَتَهُ يُصَلُّونَ عَلَى النَّبِيِّ يَا أَيُّهَا الَّذِينَ آمَنُوا صَلُّوا عَلَيْهِ وَسَلِّمُوا تَسْلِيمًا بحضور خیر الانعام ہدیۂ درود و سلام پیش کرو الصلاۃ الصلاۃ والسلام علیک یا نور العینین وعلی آلک واصحابک یا امام القبلتین. گرامی منزلت عوام اہل سنت حاضرین و ناظرین و سامعین ذوی الاحتشام، ماہ سفر المظفر شروع ہو چکے ہے. اس مہینے دے پہلے جمعۃ المبارک دی نشست وچ میں تے تسی حاضر ہاں. موقع محل دی نسبت و مناسبت نال ارادہ تے سی اج کچھ اور عرض کرن دا، لیکن ننکانہ صاحب نال تعلق رکھن والے میرے ایک مرید برخوردار محمد عابد عمران دی کئی مہینیاں تو فرمائش اور خواہش سی کہ کسی جمعۃ المبارک دے خطاب اندر اللہ دے پیارے نبی شانہ والے پیغمبر حضرت سلیمان علیہ السلام دی بارگاہ وچ ہدیہ عقیدت پیش کرو تاکہ اس نبی دی شان سن کے انہاں دیاں شاناں وی سمجھ وچ آن اور اس نبی نو نبوت جس نبی دے صدقے ملی اے امام الانبیاء دیاں شاناں وی سمجھ وچ آن. سو میرا وعدہ سی اس بچے نال، اس ہفتے بھی انہیں فون کیتا اور مینوں یاد کرایا کہ جی تسی میرے نال وعدہ کیتا سی محرم ختم ہوندیاں ہی میں تواڈی فرمائش پوری کراں گا، لہذا محرم ختم ہو چکی ہے تسی میری فرمائش پوری کرن دے پابند ہو. سو میں وعدہ کیتا فلہذا اج دے خطاب اندر حضرت سلیمان پیغمبر علیہ السلام دا تذکرہ خیر چھیڑاں گے. حضرت سلیمان علیہ السلام علامہ ابن کثیر دی البدایہ و النہایہ دی عبارت دے مطابق حضرت ابراہیم علیہ السلام دے بیٹے جناب حضرت اسحاق علیہ السلام دے بیٹے حضرت یعقوب علیہ السلام دے بیٹے حضرت یوسف علیہ السلام تے یوسف علیہ السلام جدوں جنگل وچ برا لے گئے نا قتل کرن واسطے ارادہ سی کہ اینوں چھری پھیراں گے قتل کراں گے. ایک برا او سی جڑا اگے آ کے ہاتھ جوڑ کے کہندا یار اینوں ماریو نا، چلو اگر اینوں غائب ہی کرنا ہے اکھاں تو اوجل کرنا ہی مقصود ہے، اینوں خوچ سٹ دینے ہیں.
ਇਸ ਭਰਾ ਦਾ ਨਾਮ ਸੀ ਯਹੂਦਾ। ਯਹੂਦਾ ਦੀ ਅੱਗੇ ਨਸਲ ਚੱਲੀ ਔਰ ਯਾਦ ਰਵੇ ਇਹਨਾਂ ਭਰਾਵਾਂ ਦੀ ਤੌਬਾ ਕਬੂਲ ਹੋ ਚੁੱਕੀ। ਹੁਣ ਇਹਨਾਂ ਨੂੰ ਗਾਲੀ ਨਹੀਂ ਦਿੱਤੀ ਜਾ ਸਕਦੀ, ਇਹਨਾਂ ਨੂੰ ਜ਼ਾਲਿਮ ਨਹੀਂ ਕਿਹਾ ਜਾ ਸਕਦਾ। ਯਹੂਦਾ ਦੀ ਨਸਲ ਚੱਲੀ ਅੱਠ ਦਸ ਨਸਲਾਂ ਤੋਂ ਬਾਅਦ ਇਹਨਾਂ ਦੀ ਨਸਲ ਚ ਇੱਕ ਸਪੂਤ ਨੇ ਜਨਮ ਲਿਆ ਜਿਹਦਾ ਨਾਮ ਹੈ ਦਾਊਦ ਅਲੈਹਿਸ ਸਲਾਮ। ਅੱਲਾ ਦੇ ਸਾਹਿਬ ਮੋਜਜ਼ਾ ਨਬੀ ਹਜ਼ਰਤ ਦਾਊਦ ਅਲੈਹਿਸ ਸਲਾਮ ਜਿਹੜੇ ਆਪਣੀ ਕਿਤਾਬ ਜ਼ਬੂਰ ਨੂੰ ਪੜ੍ਹਦੇ ਨੇ ਤੇ ਪਰਿੰਦੇ ਫਜ਼ਾਵਾਂ ਵਿੱਚ ਰੁਕ ਕੇ ਸੁਣਦੇ ਨੇ ਔਰ ਪਹਾੜ ਝੂਮਦੇ ਨੇ। ਹਜ਼ਰਤ ਦਾਊਦ ਅਲੈਹਿਸ ਸਲਾਮ ਦੇ ਬੇਟੇ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ। ਕੁਰਾਨ ਪਾਕ ਵਿੱਚੋਂ 19ਵਾਂ ਪਾਰਾ ਸੂਰਤ ਨਮਲ ਦੀ ਆਇਤ ਨੰਬਰ 16 ਦਾ ਇਬਤਦਾਈ ਕੁਛ ਹਿੱਸਾ ਮੈਂ ਤਿਲਾਵਤ ਕੀਤਾ ਹੈ। ਔਰ ਇਹ ਹਿੱਸਾ ਤਿਲਾਵਤ ਕਰਨ ਦੀ ਵਜ੍ਹਾ ਇਹ ਵੇ ਕਿ ਮੈਂ ਇੱਕ ਮਸਲਾ ਸਮਝਾਉਣਾ ਚਾਹਨਾ। ਅੱਲਾ ਦਾ ਕੁਰਾਨ ਇਰਸ਼ਾਦ ਬਾਰੀ ਵਾਰਿਸਾ ਸੁਲੇਮਾਨ ਔਰ ਸੁਲੇਮਾਨ ਵਾਰਿਸ ਹੋਏ ਦਾਊਦ ਦੇ। ਆਲਾ ਹਜ਼ਰਤ ਸੈਯਦੀ ਇਮਾਮ ਅਹਿਮਦ ਰਜ਼ਾ ਖਾਨ ਫਾਜ਼ਿਲ ਬਰੇਲਵੀ ਕੁੱਦੀਸ ਸਿਰਹੁ ਅਜ਼ੀਜ਼ ਵਨਵਰ ਅੱਲਾਹ ਮਰਕਦਹੁ ਨੇ ਕੰਜ਼ੁਲ ਇਮਾਨ ਸ਼ਰੀਫ ਵਿੱਚ ਤਰਜਮਾ ਕੀਤਾ ਔਰ ਜਦੋਂ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਹਜ਼ਰਤ ਦਾਊਦ ਅਲੈਹਿਸ ਸਲਾਮ ਦੇ ਜਾਨਸ਼ੀਨ ਹੋਏ, ਇੱਥੋਂ ਕੁਝ ਲੋਕਾਂ ਨੇ ਮੁਗਾਲਤਾ ਖਾਦਾ। ਰਵਾਫਿਜ਼ ਯਾਨੀ ਆਲੇ ਤਸ਼ੱਯੂ ਸ਼ੀਆ ਲੋਕਾਂ ਨੇ ਇਹਦਾ ਤਰਜਮਾ ਕਰਕੇ ਕਿ ਹਜ਼ਰਤ ਦਾਊਦ ਅਲੈਹਿਸ ਸਲਾਮ ਦੇ ਵਾਰਿਸ ਸੁਲੇਮਾਨ ਅਲੈਹਿਸ ਸਲਾਮ ਹੋਏ, ਲੋਕਾਂ ਨੂੰ ਇਹ ਦੱਸਿਆ ਕਿ ਬਈ ਕੁਰਾਨ ਦੱਸਦਾ ਹੈ ਨਬੀ ਦੀ ਵਿਰਾਸਤ ਉਸੀ ਤਰ੍ਹਾਂ ਤਕਸੀਮ ਹੁੰਦੀ ਹੈ ਧੀਆਂ ਪੁੱਤਰਾਂ 'ਚ ਜਿਸ ਤਰ੍ਹਾਂ ਆਮ ਬੰਦਿਆਂ ਦੀ ਤਕਸੀਮ ਹੁੰਦੀ ਹੈ। ਲਿਹਾਜ਼ਾ ਬਾਗ ਫਦਕ ਨੂੰ ਜਾਂ ਬਾਗ ਫਿਦਕ ਨੂੰ ਉਨਵਾਨ ਬਣਾ ਕੇ ਹਜ਼ਰਤ ਅਬੂ ਬਕਰ, ਹਜ਼ਰਤ ਉਮਰ, ਹਜ਼ਰਤ ਉਸਮਾਨ ਤੇ ਤਾਨੂੰ ਤਸ਼ਨੀ ਦੇ ਤੀਰ ਚਲਾਏ। ਲੇਕਿਨ ਹਜ਼ਰਤ ਅਹਲੇ ਤਸੰਨੁਨ ਨੇ ਮੌਕੇ ਖਰਾ ਤੇ ਦੋ ਟੋਕ ਪੇਸ਼ ਕੀਤਾ ਕਿ ਹਜ਼ਰਤ ਜਨਾਬ ਸੁਲੇਮਾਨ ਅਲੈਹਿਸ ਸਲਾਮ ਦਾਊਦ ਅਲੈਹਿਸ ਸਲਾਮ ਦੇ ਵਾਰਿਸ ਬਣੇ, ਜਾਗੀਰ ਦੇ ਨਹੀਂ, ਦੌਲਤ ਦੇ ਨਹੀਂ, ਮਾਲ ਦੇ ਨਹੀਂ, ਬਲਕਿ ਵਿਰਾਸਤ ਇਲਮ ਮਿਲੀ ਹੈ, ਵਿਰਾਸਤ ਨਬੂਵਤ ਮਿਲੀ ਹੈ। ਕਿਉਂ? ਸਾਡੀ ਦਲੀਲ ਇਹ ਕਿ ਅਗਰ ਇਹ ਦੌਲਤ ਦੀ ਵਿਰਾਸਤ ਦੀ ਗੱਲ ਹੁੰਦੀ ਫਿਰ ਸਾਰੇ ਧੀਆਂ ਪੁੱਤਰਾਂ ਵਿੱਚ ਤਕਸੀਮ ਹੁੰਦੀ। ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਕਿਹੜੇ ਇਕਲੌਤੇ ਭਰਾ ਨੇ? ਆਪ 19 ਭਾਈ ਨੇ। ਹਜ਼ਰਤ ਸੁਲੇਮਾਨ ਤੋਂ ਇਲਾਵਾ 18 ਭਰਾਵਾਂ ਦਾ ਹਿੱਸਾ ਕਿੱਧਰ ਗਿਆ? ਹਜ਼ਰਤ ਪਤਾ ਚੱਲਿਆ ਅਹਲੇ ਸੁਨਨਤ ਦਾ ਅਕੀਦਾ ਖਰਾ ਦੋ ਟੋਕ ਸੁਥਰਾ ਤੇ ਸੱਚਾ ਹੈ ਕਿ ਨਬੀਆਂ ਦੀ ਵਿਰਾਸਤ ਦੌਲਤ ਦੇ ਤੌਰ ਤੇ ਮਾਲ ਦੀ ਸੂਰਤ ਵਿੱਚ ਧੀਆਂ ਪੁੱਤਰਾਂ 'ਚ ਤਕਸੀਮ ਹੁੰਦੀ। ਸੁਣੀਓ, ਡਟ ਕੇ ਬੋਲੋ, ਨਬੀ ਦੀ ਵਿਰਾਸਤ ਧੀਆਂ ਪੁੱਤਰਾਂ 'ਚ ਤਕਸੀਮ ਹੁੰਦੀ। ਨਬੀ ਦੀ ਮੀਰਾਸ, ਨਬੀ ਦੀ ਵਿਰਾਸਤ ਇਲਮ ਹੁੰਦਾ ਹੈ, ਹਕਮਤ ਹੁੰਦੀ ਹੈ। ਆਓ, ਸਾਡਾ ਇਹ ਅਕੀਦਾ ਬਨਾਵਟੀ ਅਕੀਦਾ ਨਹੀਂ। ਸਾਡਾ ਹਰ ਅਕੀਦਾ ਜਾਂ ਕੁਰਾਨ ਦੀ ਬੁਨਿਆਦ ਤੇ ਵੇ ਜਾਂ ਕਰਬਲਾ ਦੇ ਮਜ਼ਲੂਮ ਸੈਯਦਾਂ ਦੇ ਜੱਦੇ ਕਰੀਮ ਦੇ ਫਰਮਾਨ ਦੀ ਅਸਾਸ ਤੇ ਵੇ। ਹਜ਼ਰਤ, ਇਹ ਜਿਹੜੀ ਹਦੀਸ ਪਾਕ ਪੜ੍ਹ ਕੇ ਸੁਣਾਉਣ ਲੱਗਾ, ਵੈਸੇ ਇਹ ਮਜ਼ਮੂਨ ਸਿਹਾਇ ਸਿੱਤਾ ਵਿੱਚ ਵੀ ਮੌਜੂਦ ਹੈ, ਮਗਰ ਮੈਂ ਜਿਹੜੇ ਲਫ਼ਜ਼ ਪੜ੍ਹਨ ਲੱਗਾ ਵਾਂ, ਇਹ ਲਫ਼ਜ਼ ਇਮਾਮ ਅਹਿਮਦ ਇਬਨ ਹੁਸੈਨ ਅਲ ਬਹਿਕੀ ਅਲੈਹਿ ਰਹਿਮਤ ਦੀ ਸ਼ੁਆਬੁਲ ਈਮਾਨ ਵਿੱਚ ਮੌਜੂਦ ਨੇ ਔਰ ਇਹ ਹਦੀਸ ਪਾਕ ਮਿੰਨੋ ਅਨ ਅਲਾਮਾ ਹਾਫਿਜ਼ ਜ਼ਕੀਉਦ-ਦੀਨ ਅਲ ਮੁਨਜ਼ਰੀ ਅਲੈਹਿ ਰਹਿਮਤ ਨੇ ਆਪਣੇ ਮਜਮੂਆ ਹਦੀਸ ਆਪਣੀ ਤਾਲੀਫ ਅਤ ਤਰਗੀਬ ਵ ਤਰਹੀਬ ਵਿੱਚ ਵੀ ਨਕਲ ਫਰਮਾਈ ਹੈ। ਹਦੀਸ ਪਾਕ ਸੁਣਨ ਤੋਂ ਪਹਿਲੇ ਇੱਕ ਵਾਰੀ ਮਿਲ ਕੇ ਬਾ ਆਵਾਜ਼ੇ ਬੁਲੰਦ ਕਹਿ ਦਿਓ ਸੁਭਾਨ ਅੱਲਾਹ। ਹਜ਼ਰਾਤ ਗਿਰਾਮੀ, ਤਵੱਜੋ ਤੇ ਇਨਹਿਮਾਕ ਨਾਲ ਫਰਮਾਨੇ ਮੁਸਤਫਾ ਸਮਾਅਤ ਫਰਮਾਣਾ ਤੇ ਮਹਿਜ਼ੂਜ਼ ਹੋਣ ਤੋਂ ਬਗੈਰ ਉੱਠ ਕੇ ਮਸਜਿਦ ਵਿੱਚੋਂ ਬਾਹਰ ਨਾ ਜਾਣਾ। ਅਨ ਅਬੀ ਦਰਦਾ ਰਜ਼ੀਅੱਲਾਹੁ ਤਾਲਾ ਅਨਹੁ ਕਾਲਾ ਕਾਲ ਨਬੀ ਸੱਲੱਲਾਹੁ ਅਲੈਹਿ ਵਸੱਲਮ ਅਲ ਉਲਮਾਉ ਵਰਸਤੁਲ ਅੰਬੀਆ ਅਲੈਹਿਮ ਸਲਾਮ ਇਨਲ ਅੰਬੀਆ ਅਲੈਹਿਮ ਸਲਾਮ ਲਮ ਯੁਵਰਿਫੁ ਨਾਰਮ ਵਲਾ ਦਿਰਹਮਾ ਵਲਾਕਿਨਹੁਮ ਔਰਸੁਲ ਇਲਮ ਫਮਨ ਅਖਦਹੁ ਅਖਦਾ ਬਿਹਜ਼ਿਹਿ ਔ ਕਮਾ ਕਾਲਾ ਅਲੈਹਿ ਸਲਾਮ।
آج دارے کائنات مسخرے موجودات نہیں شاد فرمایا لوگو العلماء ورثت الانبیاء چوبیس گھنٹے مولویاں دے خلاف زبان درازی کرن والے ہو چوبیس گھنٹے علماء دے دوالے ڈنڈا لے کے چڑے رہن والے ہو سنو پیغام مصطفیٰ اعلان مصطفیٰ فرمایا لوگو العلماء ورثت الانبیاء مولوی ہوئے پر چنگا مولوی ہوئے تخریب کار نہ ہوئے نسل انسانی اور مسلمان دیاں نسلہ دیا بیاری کرن والا ہوئے تعمیر دا کم کرن والا ہوئے فرمائے لوگوں میں مصطفیٰ زمانت نوا علماء ربانیین انبیاء مرسلین دے وارث ہندے نے علماء ربانی جین انبیاء مرسلین دے وارث سندے نے نالی میرے مصطفیٰ نے ایک اور ضروری وضاحت کر دی تھی پر میں لوگ متا کوئی سمجھے کہ جس طرح عام تیاں پتراں نوں وراثت مل دی ہے اسی طرح نبیاں دی بھی وراثت ہندی ہے فرمایا نانا ان الانبیاء لم یورثوا دینارا ولا درہما بے شک انبیاء کرام اپنے پیچھے دراہم تے دنانیر دی شکل اندر مربیاں دی شکل اندر جاگیراں تے پراپرٹیاں تے جائیداداں دی شکل اندر سکہ رائجل وقت روپیاں تے نوٹاں تے پیسیاں دی شکل وچ وراثت نہیں چھڑ دے آقا پھر انہاں دا ورثہ کی ہوندا ہے فرمایا بلا کنہم اورثل علم نبیاں دی میراث علم ہوندا ہے تے او صرف تیاں پتراں وچ منتقل نہیں ہوندا فمن اخذہو اخذ بحظہ پوری امت دے وچوں پاوے کوئی شاہ ہووے پاوے کوئی کڈا ہووے پاوے کوئی امیر ہووے پاوے کوئی غریب ہووے پاوے کوئی عربی ہووے پاوے کوئی اجمی ہووے پاوے کوئی کالا ہووے پاوے کوئی گورا ہووے جیڑا وی چاہے علم حاصل کر کے اپنے نبی دا وارث بن سکدا ہے حضرات اس حدیث پاک تو کی پتہ چلیا کہ نبیاں دی میراث مال و دولت روپے پیسے دی شکل وچ تقسیم نہیں ہوندی او امت دے غریباں واسطے ہوندی ہے لیکن نبیاں دی میراث تیاں پتراں سمیت پوری امت نو جڑی ملدی ہے او میراث علم ہوندا ہے حکمت ہوندی ہے اور علم و حکمت نو ہی نبوت دی میراث ٹھہرایا جا سکدا ہے ہاں ہاں جڑے لوگ قرآن پاک دی اے آیت پڑھ کے میراث والا مسئلہ لوکاں نوں دس دے نے او نہ آیت تو پچھلی آیت پڑھ دے نے نہ اے جس آیت دے لفظ نے او پوری آیت پڑھ کے سناندے نے ہاشمی آیت دا پورا سیاق و سباق بطور متن بطور آیات قرآنی پڑھ کے سنانا چاہندا ہے دب کے بول سبحان اللہ حضرات گرامی اللہ دا قرآن 19واں پارا سورۃ النمل آیت نمبر 15 اللہ ارشاد فرماندا ہے وَلَقَدْ آتَيْنَا دَاوُودَ وَسُلَيْمَانَ عِلْمًا وَقَالَ الْحَمْدُ لِلَّهِ الَّذِي فَضَّلَنَا عَلَىٰ كَثِيرٍ مِّنْ عِبَادِهِ الْمُؤْمِنِينَ اور لقد تحقیق آتینا اسان بخشیا اسان رحمت فرمایا داوود و سلیمان علم حضرت داوود پیغمبر تے سلیمان پیغمبر نو علم عطا کیتا تے دوواں نے کی اکھیا وقال تے دوواں نے اکھیا الحمدللہ تمام تعریف اللہ واسطے ساریاں خوبیاں ہر ستائش اللہ واسطے دے الذی فضلنا من عباده المؤمنین جس سونے خدا نے سانو علم دیتا ہے تے اپنے بندگان خاص وچوں ایمان والے بندیاں دی میجورٹی اور اکثریت دے اوتے سانو فضیلتاں عطا کیتیاں نے حضرات گرامی مہمانوں تے توبہ ٹیک سنگھ دے مختلف محلیاں تے دیہاتاں وچوں آن والے ہو توجہ تے پیار نال پیغام محبت لے کے جانا قرآن پاک دی اس آیت نے دو سبق دیتے نمبر ایک علم دی وجہ تو انسان نو دوسرے انساناں تے فضیلت ملدی ہے اچھی بول
علم دی وجہ تو ایک انسانی معاشرے اتے دوسرے انسان معاشرے دے اتے فضیلت مل دیئے اللہ دا قرآن دا صدا ہے کہ دوسری چیز اے بھی پتا چلی جس بندے کل علم آ جائے ان اترانا نہیں چاہی دا ان مغرور متکبر تے مستقبر نہیں ہونا چاہی دا حضرات گرامی دیکھو حضرت داود تے حضرت سلیمان اللہ نے علم عطا کیتا تکبر نو قریب نہ آن دیتا دونے نبیان نے استکبار اور غرور اور گھمانڈ نو قریب نہ آن دیتا بلکہ ہاتھ جوڑ کے کہنے نے لوگ کہ جو کچھ اللہ دا دیتا ہویا جو جتنیاں فضیلتاں نے اللہ دیاں دتیاں ہویاں نے ہن آیت نمبر 16 سننا تے پوری آیت پڑھن لگا بابی سلیمان داؤد وقال یا ایھا الناس علمنا منطق الطیر وآتینا من کل شیء ان ھذا لہو الفضل حضرت جناب سلیمان علیہ السلام جدو اپنے ابا جان قبلہ حضرت داؤد نبی علیہ السلام دے جانشین مقرر ہوئے اللہ کریم نے نبوت تاج سر تے اڑھا دیتا پیشانی دے اتے نبوت پیمبری والا سہرہ سجا دیتا حضرت سلیمان علیہ السلام نے اپنی امت نو مخاطب کیتا لوگاں نو مخاطب کر کے فرمایا یا ایوہ الناس اے لوگو علمنا منطق الطیر اللہ دا فضل ویکھو سانو اللہ دی طرف منطق الطیر یعنی پرندیاں دیا بولیاں دا علم دیتا گیا ہے بہت ہی نا من کل شیئن اور اللہ دی ہر نعمت وچوں بطور نعمت سانو حصہ عطا کیتا گیا ہے انہا زا لہو الفضل المبین لوکوں مربع بیس کے چودریاں دی تعریف کرن والے ہو زمینہ بیس کے زمینداراں دی راگ لاپن والے ہو گیت گان والے ہو آؤ ساڈے والے ویکھو علم دیتا فضل دیتا نبوت دیتی پیغمبری دیتی پرندیاں دیاں بولیاں دیتیاں ہر نعمت دیتی مربع بیس کے خوشامت سے اترن والے ہو ساڈے والے ویکھو اللہ دا فضل مبین ویکھنا جے داؤد دی زندگی ویکھ لو سلیمان دی شاہی ویکھ لو عالی وقار حضرات جناب سلیمان علیہ السلام نو منطق الطیر یعنی پرندیاں دیاں بولیاں دا علم عطا کیتا گیا تھوڑی جی وضاحت کر کے واقعی نو اگے لے کے جاواں گا حضرات جس طرح اسی بولنے آ ساڈے لفظ کوئی نہ کوئی معنی رکھدے ہوندے نے کچھ لفظ محبت دے اظہار واسطے ہوندے نے کچھ لفظ نفرت دا اظہار کرن واسطے ہوندے نے کوئی گل رضا دا اظہار کرن واسطے کری دیئے کوئی گل اپنی ناراضگی دا اظہار کرن واسطے کری دیئے کچھ گلاں خوشی نال نکل دیاں نے کچھ گلاں منہ وچوں حضرات حسرت و یاس دا اظہار کر دیاں نکل دیاں نے اسی طرح پرندے بھی جدوں بول دے نے انہاں دیاں گلاں دا مطلب ہوندا ہے سانوں سمجھ نہیں آوندی اساں سمجھنے ہاں کوا کائیں کائیں کر رہا ہے اسی سمجھنے ہاں چڑیا چوں چوں کر رہی ہے اساں سمجھنے ہاں بکریاں تے بھیڑا تے اونٹ تے گاواں تے مجھاں بہ بہ کر رہیاں نے اساں سمجھنے ہاں پہن پہن کر رہے ہیں حضرات لیکن انہا گلہ دا بھی کوئی نہ کوئی مانا ہوندہ ہے حضرت سلیمان علیہ السلام نے بولیاں سن کے لوکا نو تسیا کہ انہا بولیاں دا مطلب کی ہے حضرات ایک تیو گل ہندی ہے جڑی پرندے آپس وچ کر دینے جس طرح ساڈے میٹرز نے ساڈے ذاتی تے انفرادی تے اجتماعی معاملات نے اسی طرح پرندیاں دیاں سوسائٹیاں پرندیاں دے معاشریاں دے بھی انفرادی تے اجتماعی معاملات ہندے نے لیکن حضرات کچھ گلہ تکیہ کلام دے تھوڑ تے پرندے بار بار کر دینے جس طرح چڑیا دا چو چو کرنا کان دا کوئے دا کائیں کائیں کرنا حضرات گرامی بکری دا بے بے کرنا مینڈک دا ٹرین ٹرین کرنا حضرات انہ گلہ دا بھی مطلب ہندہ ہے علامہ سید محمود آلوسی رحمت اللہ تعالی علیہ دی تفسیر قرآن روح المعانی اور اید نال نال علامہ قاضی سناء اللہ پانی پتی علیہ الرحمہ دی تفسیر قرآن تفسیر مظہری اللہ دومہ کتابہ چوک روایت پیش کرنے لگا حضرت سلیمان علیہ السلام
نے فرمایا ویسے تے آپس دے معاملات وچ گلاں کردے نے جانور تے پرندے لیکن سرکار سلیمان فرماندے نے اے تکیہ کلام دے طور تے جانور تے پرندے جڑی گل بار بار کردے نے جڑا ساؤنڈ معمول دے مطابق جڑی آواز انہاں دے منہ وچوں خارج ہوندی ہے فرمایا اے دا وی مطلب ہوندا ہے حضور سانوں وی تے پتہ لگے انہاں جانوراں دیاں بولیاں دا مطلب کی ہے فرمایا آؤ تہاڈی سمجھ وچ آن گالی والی گل نہیں پر دساں پرندیاں دے بارے وچ دساں جانوراں دے بارے وچ دسنا حضور دسو فرمایا پہلا جانور پہلا پرندہ مور جدوں بولدا ہے کہندا ہے لوگ جیسا کرو گے ویسا بھرو گے مٹھا جیا بول دے اج موضوع یہو جی ہے یہو جی گلوں تے نعرے لاونے پینے نے کھل کے مل کے بول دیو سبحان اللہ کسی بھی موضوع نو سن کے بوریت دا شکار نہ ہویا کرو کیونکہ گلاں ساری سونیاں ہوندیاں حضرات قرآن پاک نے انہاں چیزاں دے تذکرے کیتے نے یہ بور ہون والیاں گلاں تھوڑیاں نے انہاں وچ ساڈی ہدایت ہے تاں ہی تے اللہ نے قرآن بنا کے چیزاں نازل فرمائیاں نے جناب سلیمان علیہ السلام نے دوسرے پرندے دا ذکر کیتا فرمایا لوکو اے ہد ہد بولدا اے نا اگے جا کے ہد ہد دی وضاحت کراں گا ہد ہد بولدا اے نا اے کہندے غافلو آ جاؤ اللہ کولو معافی مانگ لئیے تیسرا پرندہ فرمایا خطاف خطاف ایک خوبصورت پرندہ ہوندا ہے خطاف اپنی روٹین ساؤنڈ اپنا معمول دا جڑا سبق پڑھدا ہے بار بار یہ کہندا ہے لوگو ظلم نہ کماؤ گناہ نہ کرو نیکیاں اکٹھیاں کر لو کیونکہ قیامت دے دن نیکیاں نہیں کم ہونا دے چوتھا پرندہ حضرت سلیمان علیہ السلام فرماند نے لوگو اے کمری جدو چہ چہاند ہے بولدا ہے تے کدا سونا لگدا ہے فرمایا کمری جدو بولدا ہے کہندے سبحان ربی العالی لوگو میرا رب پاک جے تے اچیاں تو اچا بلند تو بلند تر جے حضرت سلیمان علیہ السلام نے پنجویں پرندے دا ذکر کیتا فرمایا لوگو اے چیل پرندہ اے منڈلان والا جنگل جنگل بن بن پھرن والا آبادیاں تو دور اے مردے کھان والا پرندہ جدوں بولدا اے لوگ ڈردے نے فرمایا اے وی ایویں کوئی ایویں آواز نہیں جکڑدا بلکہ تکیہ کلام دے طور تے جڑی گل بار بار کردا اے لوکاں نوں مخاطب کر کے کہندے لوگ بھاویں ہزاراں سال زندہ رہ لو ایک نہ ایک دہاڑے موت دے شکنجے وچ کسیا جانا پینا ہے ایک نہ ایک دن موت دی وادی وچوں گزرنا پینا ہے بھاویں تو ہزاراں سال جی لویں ایک نہ ایک دن موت دی سڑک تے تینوں ٹرنا پینا ہے عارف کڑی میاں محمد بخش رحمت اللہ تعالی علیہ نے ایہو ہی سبق اپنی بولی وچ سمجھایا فرمایا جے سو سال رمیں بچ دنیا اتیوڑکن تر جانا آخر بکھرا اے بکھرا ہو بنا اے سارا تانا تانا تے کس نال اج تختی تے کل نہیں رہنا اج بیوی تے کل نہیں رہنی اج پتر نہیں تے کل نہیں رہنے اج تیرے پیچھے لکھا لوگ تیرے پیچھے نے تیرے ووٹر دا کل نہیں رہنے اج تھلے تخت تے کل نہیں رہنا اج عہدہ تے کل نہیں رہنا اج کرسی تے کل اس کرسی تے کوئی ہور بیٹھا ہوے گا کس نال وفا نہیں کیتی اس دنیا بے اعتباری ایتھے کس دے پیر نہ لگے کہ سب تر گئے وارو واری اس آفاقی حقیقت نو اللہ دے کلام نے بیان کیتا کل نفس ذائقت الموت کتے خالی کے بے نیاز نے فرمایا ان اجل اللہ اذا جاء الا تؤخر لو کنتم تعلمون چھٹا
پرندہ حضرت سلیمان علیہ السلام نے فرمایا لوگو ایتی ترجڑ بار بار آواز کڑدائے لوکا نو مخاطب کر کے گیند لوکو چپ ریا کرو او کدی کدی منہ وچو نکلے ہوئے لفظ بندے نو بڑا پچھتان تے مجبور کر دینے جیڑا چپ ریا سلامتی لے گیا جیڑا خاموش ریا سلامت ہو گیا حضرات گرامی حضرت سلیمان علیہ السلام نے پرندیاں دیا حوال بیان کر دیا ارشاد فرمایا لوکو ستواں پرندہ اے مرغ جیڑا تڑکے صبح سویرے اٹھ کے غفلت دیاں بکلا مار کے جدو انسان ستے ہوندے نے اٹھ کے ککڑوں کڑوں دیاں سلاماں لاندا اے ایدی آواز نو اگنور نہ کریا کرو اے کہندا اے بندگان خدا اذکر اللہ اٹھو اللہ نو یاد کر سرکار سلیمان علیہ السلام مسکرا کے فرمان لگے لوکو اٹھویں پرندے دا حال سن لا اکے تو آبادیاں تو دور رہ کے جڑا مردے کھاندا اے کہ جدوں بولدا اے کہندا لوکو کل من علیہا فان ویبقا وجہ ربک ذو الجلال والاکرام اپنی جوانی تے اتران والیا اپنے کپڑیاں تے اتران والیا اپنی کرسیاں تے اتران والیا اپنے عہدیاں تے اتران والیا ایک گل یاد رکھ لے تیرے منن نام منن نال اس آفاقی حقیقت نو ذرہ برابر بھی فرق نہیں ہو پیندا ہر چیز نو فنا ہے بقایا رہن والی ذات خدا ہے نوواں پرندہ حضرت سلیمان علیہ السلام نے فرمایا عقاب جدوں بولدا ہے کہندا ہے دنیا تے دنیا داری تو بندہ پرے چنگا ہے تے قسمہ جانور مینڈک دی ترین ترین دا ذکر چھڑیا سلیمان پیغمبر دے چہرے تے تبسم بکھر گیا فرمایا لوگ اے پانی تے خشکی دا مشترکہ جانور مینڈک جدوں ترین ترین کردا ہے الرٹ ہو جایا کرو کیونکہ اے کہندا ہے سبحان رب القدوس لوگو باقی میرے رب واسطے وے تے میرا رب پاکا تو پاک جے حضرت سلیمان علیہ السلام پرندیاں دیاں بولیاں جان دے نے ایتھے ایک ضروری گل بھی عرض کراں حضرات قران پاک نے چیزاں بیان کیتیاں نے کہ بولیاں پرندیاں دیاں بولیاں دا علم حضرت سلیمان علیہ السلام نو عطا کیتا گیا ایتھے بعض لوگ ایویں بہت پڑھے لکھے اپنے آپ نو سمجھن والے کہہ دیندے نے جی او پہلے زمانے وچ جانوراں دیاں گلاں انساناں نو سمجھ آوندیاں سن جے سمجھ آوندیاں ہوندیاں تے پھر ایدے وچ سلیمان علیہ السلام دا کمال نہیں معجزہ نہیں قران نو بیان کرن دی لوڑ نہیں ہوتی ہر بندہ ہی سمجھ سکتا سی اوں حضرات اس طرح نہیں اے حضرت سلیمان علیہ السلام دی سپیشل عزت سی کہ آپ نو پرندیاں دیاں بولیاں دا علم دتا گیا تفسیر دیاں کتاباں وچ ایک دلچسپ حکایت آوندی اے اجازت ہوے تے چھوٹی جی حکایت سنا کے اگے ودیے سلیمان علیہ السلام اپنے مریداں نو امتیاں نو غلاماں نو خدام نو سپاہیاں نو نال لے کے جا رہے نے ایک چڑیا بیٹھی ہے تے اودے ارد گرد ایک چڑا چکر پیا لاندا ہے حضرت سلیمان علیہ السلام کچھ دیر ویکھ دے رہے انہاں دی چوں چوں آپس وچ سن دے رہے پہلے ہس دتے پھر رو پئے مریداں نے غلاماں نے امتیاں نے پوچھیا آقا خیریت تے ہے وے پہلے ہسے ہو پھر روئے ہو فرمایا ہسیا اس واسطے وا کہ اے چڑا چڑیا دے ارد گرد منڈلا رہا ہے چکر لا رہا ہے تے اونوں کہہ رہا ہے میرے نال نکاح کر لے یعنی شادی کر لے ویسے لفظ نکاح ہی تفسیر دیاں کتاباں وچ موجود ہے میرے نال نکاح کر لے شادی کر لے اللہ دی قسم تو دمشق دے جڑے بالا خانے تے کہویں گی میں تینوں گھونسلا بنا کے دیواں گا عرض کیتا حضور پھر روئے کیوں ہے فرمایا رویا اس واسطے میں چڑا چوٹ پیا بولدا ہے یہ چڑیا نو سبز باغ پیا وکھاوندا ہے حالانکہ ایدی دسترس وچ نہیں کیونکہ دمشق دے بالا خانے پتھراں دے بنے ہوئے نے اوتھے کسے پرندے دا گھونسلہ بنانا امپوسیبل ہے اور سرکار سلیمان پاک نے ای وی فرمایا کہ جڑا دولہا کسی عورت نو کسی دلہن نو اپنے نکاح وچ مناقحت وچ لیاں واسطے انج دا پیغام دے وے جھوٹا ہے وہ دولا اپنے پیغام نکاح وچ جھوٹا ہے حضرات اللہ سانو سچ بولن دی توفیق عطا فرمائے اللہ سانو جھوٹ اور جھوٹیاں تو نفرت کرن دی توفیق عطا فرمائے اللہ سانو سچ بول کے سچیاں دی معیت اختیار کرن دی توفیق عطا فرمائے عالی وقار حضرات جناب سلیمان علیہ السلام نو پرندیاں دی بولی اور پرندیاں دی ایک گل بات دا علم عطا کیتا گیا اے ساڈے آقا تے پھر سارے نبیاں دے نبی نے نا
ਉਹ ਇੱਜ਼ਤਾਂ ਜਿਹੜੀਆਂ ਫੁਰਾਦਾ ਫੁਰਾਦਾ ਅੱਲਾ ਨੇ ਸਾਰੇ ਨਬੀਆਂ ਨੂੰ ਦਿੱਤੀਆਂ ਨੇ ਵੱਖੋ ਵੱਖ ਕਰਕੇ ਕਰਕੇ ਉਹ ਇਕੱਠੀਆਂ ਕਰਕੇ ਸਰਕਾਰ ਨੇ ਆਮਿਨਾ ਦੇ ਲਾਲ ਦੀ ਝੋਲੀ ਵਿੱਚ ਪਾ ਦਿੱਤੀਆਂ ਨੇ। ਤਾਂ ਹੀ ਤੇ ਫਿਰ ਹਦੀਸ ਔਰ ਸੀਰਤ ਦੀਆਂ ਕਿਤਾਬਾਂ ਦੱਸਦੀਆਂ ਨੇ ਊਂਟ ਆਉਂਦਾ ਹੈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਆ ਕੇ ਕੁਝ ਦੇਰ ਗੱਲਾਂ ਕਰਦਾ ਹੈ। ਆਕਾ ਕੀ ਕਹਿੰਦਾ ਹੈ? ਫਰਮਾਇਆ ਮੈਨੂੰ ਸ਼ਿਕਾਇਤ ਪਿਆ ਲਾਉਂਦਾ ਹੈ, ਆਕਾ ਮੇਰੀ ਜਾਨ ਛੁਡਾਓ, ਮੇਰਾ ਮਾਲਕ ਮੇਰੇ ਤੇ ਬੜਾ ਜ਼ੁਲਮ ਕਰਦਾ ਜੇ। ਇਸੇ ਵਾਸਤੇ ਚਿੜੀਆ ਆਉਂਦੀ ਹੈ ਸਰਕਾਰ ਦੇ ਇਰਦ ਗਿਰਦ ਮਹਿਵੇ ਤਵਾਫ ਚੂੰ ਚੂੰ ਕਰਦੀ ਹੈ। ਹਜ਼ਰਤ ਅਰਜ਼ ਕੀਤਾ, ਹਜ਼ੂਰ ਇਹ ਚਿੜੀਆ ਕਿਉਂ ਆ ਕੇ ਮਹਿਵੇ ਤਵਾਫ ਤੇ ਕੀ ਪਈ ਕਹਿੰਦੀ ਹੈ? ਸਰਕਾਰ ਮੁਸਕੁਰਾ ਪਏ, ਫਰਮਾਇਆ ਇਹ ਕਹਿੰਦੀ ਹੈ ਕਿ ਕੋਈ ਬੰਦਾ ਮੇਰੇ ਹੌਸਲੇ ਚੋਂ ਮੇਰੇ ਬੱਚੇ ਉਠਾ ਕੇ ਲੈ ਗਿਆ ਹੈ। ਹਜ਼ਰਤ ਗ੍ਰਾਮੀ ਮੈਂ ਅਰਜ਼ ਕੀਤਾ ਹੈ ਕਿ ਉਹ ਇੱਜ਼ਤਾਂ ਤੇ ਅਜ਼ਮਤਾਂ ਜਿਹੜੀਆਂ ਇਨਫਰਾਦੀ ਹਵਾਲੇ ਨਾਲ ਅੱਲਾ ਨੇ 1,24,000 ਨਬੀਆਂ ਨੂੰ ਦਿੱਤੀਆਂ ਨੇ, ਇਕੱਠੀਆਂ ਕਰਕੇ ਉਹਨਾਂ ਸਾਰੀਆਂ ਇੱਜ਼ਤਾਂ ਦੇ ਫੁੱਲਾਂ ਦਾ ਗੁਲਦਸਤਾ ਬਣਾ ਕੇ ਅੱਲਾ ਨੇ ਫਿਤਰਤ ਮੁਸਤਫਾ ਦੇ ਗੁਲਦਾਨ ਵਿੱਚ ਸਜਾ ਦਿੱਤਾ ਹੈ। ਆਲੀ ਵਕਾਰ ਹਜ਼ਰਤ ਜਨਾਬ ਸੁਲੇਮਾਨ ਅਲੈਹਿਸ ਸਲਾਮ ਨੇ ਅੱਗੇ ਫਰਮਾਇਆ ਉਤੀਨਾ ਮਿਨ ਕੁੱਲੀ ਸ਼ੈਇਨ ਲੋਗੋ ਅੱਲਾਹ ਕਰੀਮ ਜੱਲਾ ਸ਼ਾਨੁਹੁ ਦੀ ਤਰਫੋਂ ਫਿਰ ਸਾਨੂੰ ਹਰ ਨੇਮਤ ਵਿੱਚੋਂ ਹਿੱਸਾ ਬਤੌਰ ਨੇਮਤ ਅਤਾ ਕੀਤਾ ਗਿਆ ਹੈ। ਹਜ਼ਰਤ ਆਓ ਤਵੱਜੋ ਤੇ ਪਿਆਰ ਨਾਲ ਸੁਣਨਾ ਜ਼ਰਾ, ਕਿਹੜੀਆਂ ਨੇਮਤਾਂ ਦੇ ਕਿਹੜੇ ਹਿੱਸੇ ਅੱਲਾਹ ਨੇ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਨੂੰ ਅਤਾ ਕੀਤੇ ਸਨ? ਹੁਣ ਪਾਰਾ ਬਦਲਣ ਲੱਗਾ ਜੇ 22ਵਾਂ ਪਾਰਾ ਸੂਰਾ ਸਬਾ ਦੀ ਆਇਤ ਨੰਬਰ 12 ਔਰ 13 ਪੜਨ ਲਗਾਵਾਂ। ਵਾਲੀ ਸੁਲੇਮਾਨ ਰੇਹਾ ਗੁਦੂਹਾ ਸ਼ਹਰੁਂ ਵਗਵਾਹੁਹਾ ਸ਼ਹਰ ਵਅਸਲਨਾ ਲਹੂ ਅਈਨਲ ਪਿਤਰ ਵਮਿਨਲ ਜਿੰਨਿ ਮੈਂ ਯਾਮਲ ਬੈਨ ਯਦੈਹਿ ਬਿਇਜ਼ਨਿ ਰੱਬਿਹਿ ਵਮੈਂ ਯਜ਼ਿਦ ਮਿਨਹੁਮ ਅਨ ਅਮਰਿਨਾ ਨੁਜ਼ਿਕੁਹੁ ਮਿਨ ਅਜ਼ਾ ਬਿਸਸਈ। ਕੁਰਾਨ ਦੱਸਦਾ ਲੋਗੋ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਵਾਸਤੇ ਹਵਾਵਾਂ ਨੂੰ ਮੁਸੱਖਰ ਕਰ ਦਿੱਤਾ ਗਿਆ। ਹਵਾਵਾਂ ਦੀ ਤਸਖੀਰ ਹਜ਼ਰਤ ਸੁਲੇਮਾਨ ਵਾਸਤੇ ਇਸ ਸਪੈਸ਼ਲ ਇੱਜ਼ਤ ਸੀ, ਅਜ਼ਮਤ ਸੀ। ਹਜ਼ਰਤ ਗਿਰਾਮੀ ਗੁਦੂਹਾ ਸ਼ਹਰ ਰਵਾਹੁਹਾ ਸ਼ਹਰ ਆਮ ਲੋਕ ਆਮ ਫਰਦ ਜਾਂ ਆਮ ਕਾਫਿਲੇ ਜਿਹੜਾ ਰਸਤਾ ਜਿਹੜਾ ਫਾਸਲਾ ਇੱਕ ਇੱਕ ਮਹੀਨੇ ਵਿੱਚ ਤੈਅ ਕਰਦੇ ਨੇ, ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਆਪਣੇ ਤਖਤ ਤੇ ਬਹਿ ਕੇ ਹਵਾਵਾਂ ਨੂੰ ਹੁਕਮ ਦਿੰਦੇ ਨੇ। ਦਿਨ ਦੇ ਅੱਧੇ ਹਿੱਸੇ ਵਿੱਚ ਸਵੇਰ ਵਾਲੇ ਹਿੱਸੇ ਵਿੱਚ ਸਵੇਰ ਵਾਲੇ ਅਰਸੇ ਵਿੱਚ ਰਸਤਾ ਨਿਮਟ ਜਾਂਦਾ ਹੈ। ਹਜ਼ਰਤ ਗ੍ਰਾਮੀ ਫਿਰ ਇੰਨਾ ਹੀ ਰਸਤਾ ਆਪ ਸ਼ਾਮ ਵਾਲੇ ਹਿੱਸੇ ਵਿੱਚ ਨਿਮਟਾ ਲੈਂਦੇ ਨੇ। ਅਲਗਰਜ਼ ਕਿਤਨਾ ਫਾਸਲਾ ਆਮ ਲੋਕ ਜਾਂ ਆਮ ਕਾਫਲੇ ਆਮ ਲਸ਼ਕਰ ਦੋ ਮਹੀਨਿਆਂ ਵਿੱਚ ਕਰਦੇ ਨੇ। ਹਜ਼ਰਤ ਜਨਾਬ ਸੁਲੇਮਾਨ ਅਲੈਹਿਸ ਸਲਾਮ ਹਵਾਵਾਂ ਨੂੰ ਕਹਿ ਕੇ ਆਪਣੇ ਤਖਤ ਤੇ ਬੈਠ ਕੇ ਹਵਾਵਾਂ ਦੇ ਦੋਸ਼ ਤੇ ਸਫ਼ਰ ਕਰਦੇ ਆ। ਉਹੋ ਹੀ ਸਫ਼ਰ ਕੋਈ ਫਾਸਲਾ ਇੱਕ ਪੂਰੇ ਦਿਨ ਵਿੱਚ ਤੈਅ ਕਰ ਲੈਂਦੇ ਨੇ। ਤਫਸੀਰ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਅੱਲਾ ਦੇ ਪਿਆਰੇ ਨਬੀ ਸੁਲੇਮਾਨ ਅਲੈਹਿਸ ਸਲਾਮ ਨੇ ਨਾਸ਼ਤਾ ਕਰਨਾ, ਸਫ਼ਰ ਦੀ ਇਬਤਦਾ ਕਰਨੀ ਤੇ ਬੈਤੁਲ ਮੁਕੱਦਸ ਤੋਂ ਦੁਪਹਿਰ ਦਾ ਖਾਣਾ ਖਾਣਾ ਜਾ ਕੇ ਜ਼ੁਹਰਾਨਾ ਖਾਣਾ ਕਿੱਥੇ ਅਸਤਗਰ ਵਿੱਚ ਤੇ ਜਦੋਂ ਇਸ਼ਾਇਆ ਖਾਣਾ ਖੁਰਾਸਾਨ ਦੀ ਹਵੇਲੀ ਹੋਣੀ। ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਦੀਆਂ ਇਹ ਇੱਜ਼ਤਾਂ ਤੇ ਅਜ਼ਮਤਾਂ ਦਾ ਮੁਲਾਹਜ਼ਾ ਕਰਨਾ, ਫਿਰ ਅੱਲਾ ਦਾ ਕੁਰਾਨ ਨਕਸ਼ਾ ਖਿੱਚਦਾ ਹੈ। ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਦੇ ਤਾਬੇਦਾਰ ਅੱਲਾ ਕਰੀਮ ਨੇ ਜਿੰਨਾਤ ਕਰ ਦਿੱਤੇ ਨੇ, ਜਿੰਨਾਤ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਦੀ ਤਾਬੇਦਾਰੀ ਕਰਦੇ ਨੇ। ਆਪ ਜੋ ਕਹਿੰਦੇ ਨੇ ਮਿਨ ਬੈਨੀ ਯਦੈਹਿ ਆਪ ਦੇ ਸਾਹਮਣੇ ਉਹ ਕਰਦੇ ਨੇ। ਅੱਲਾ ਫਰਮਾਉਂਦਾ ਹੈ ਮੈਂ ਯਜ਼ਿਕ ਮਿਨਹੁਮ ਅਨ ਅਮਰੀਨਾ ਨੁਜ਼ਿਕਹੁ ਮਿਨ ਅਜ਼ਾਬ ਸਾਇਰ, ਅਸਾਂ ਜਿੰਨਾਂ ਨੂੰ ਤਾਬੇਦਾਰ ਕਰਕੇ ਹੁਕਮ ਦੇ ਦਿੱਤਾ, ਜਿਹੜਾ ਜਿੰਨ ਸਾਡੀ ਗੱਲ ਨਾ ਮੰਨੇ, ਸਾਡੇ ਮਹਬੂਬ ਪੈਗੰਬਰ ਹਜ਼ਰਤ ਸੁਲੇਮਾਨ ਦੀ ਗੱਲ ਨਾ ਮੰਨੇ, ਅਸੀਂ ਉਹਨੂੰ ਭੜਕਦੀ ਹੋਈ ਅੱਗ ਦਾ ਮਜ਼ਾ ਚਖਾਵਾਂਗੇ। ਹਜ਼ਰਤ ਗ੍ਰਾਮੀ ਆਇਤ ਨੰਬਰ 13 ਦਾ ਮਜ਼ਾ ਲੈਣਾ, ਅੱਲਾ ਦਾ ਕੁਰਾਨ ਨਕਸ਼ਾ ਕਿ ਜਈਆ ਅਮਲ ਨਲਹ ਮਾ ਯਸ਼ਾ ਮਿਨ ਮਹਾਰੀਬਾ ਵਤਮਾਸੀਲਾ ਵਜਿਫਾਨ ਕਲ ਜਵਾਬ ਬਕਦੂ ਦਿਦਾਸੀਆਤ ਹਜ਼ਰਤ
حضرت سلیمان علیہ السلام دی نعمتاں دے جڑے حصے دتے نے او بیان ہو رہے نے اللہ فرماندے سلیمان علیہ السلام دے تابعدار جن یعملون لہ حضرت سلیمان واسطے کم کردے سن ما یشاء جو حضرت سلیمان علیہ السلام چاہندے سن تے جنہاں کول حضرت سلیمان کرواندے کی سن ممحاریبا بڑے بڑے محراب جن تیار کردے نے بڑے بڑے شاہی محلاں دی تعمیر کردے نے تماسیلا اور بت بناندے نے وڈیاں وڈیاں مورتاں بناوندے نے یاد رہے حضرات ساڈی شریعت وچ سرکار دی شریعت وچ پتھر دا بت بنانا جائز نہیں لوہے دی مورت بنانی جائز نہیں حضرات سونے تے چاندی تے پتل دیاں تصویراں بنانا جائز نہیں مٹی دے بت بنانا جائز نہیں اس شریعت وچ جائز سن لیکن شریعت تے سلیمانی نوں منن والے وی انہاں بتاں نوں ہور ضرورتاں واسطے بناوندے سن عبادت تے پرستش تے پوجا دی نیت نال نہیں سن بناوندے حضرات دے گھراں وچ نالے پھر جنات ہور کی بناوندے نے کل جواب وقدو الراسیات جفان بناوندے نے کل جواب حوضاں دی طرح وڈے وڈے ترمچے ترمچا سمجھ دی حضرات پرات یا ٹب ٹب بناوندے نے حوضاں جی دے جڑے ٹب وقدو الراسیات دیگاں بناوندے نے وڈیاں وڈیاں لوہے تے تانبے دیاں دیگاں حضرات دے گھراں وچ کتنیاں بڑیاں دیگاں تے کتنے بڑے ٹب ہوندے سن کتنی بڑی بڑی دیگ تے اتنا بڑا بڑا ٹب ہوندا سی حضرات ایک دیگ وچ تساں اونٹاں دا گوشت بیک وقت پکا لیندے سن کہ ایڈا وڈا لگن ایڈا وڈا ترمچا ایڈی وڈی پلیٹ یا ایڈی وڈی پرات کہ 1000 بندہ رل کے اس پرات وچ بیٹھ کے کھانا کھا لیندا سی حضرات گرامی ادھر سلیمان علیہ السلام دے پرونے آ جانے ادھر سلیمان پاک دی حویلی وچ آ کے بندے نے اطلاع دینی سرکار باہر نکلو بوئے تے آ کے استقبال کرو پرونے دا لشکر آ گیا جی کئی ہزار دی فوج فلانے بندے دے نال او پرونا بن کے مہمان بن کے آ گیا جی حضرت سلیمان نے جنہاں نو حکم دیا فٹافٹ کرو کھانے دا انتظام ہونا چاہیے ہے پرونے نے اجے حضرت سلیمان علیہ السلام نو مل کے بہنا دسترخوان بچھے ہونے دیگا پکیاں ہونا ہونیاں روٹیاں تیار ہونیاں دسترخوان تے کھانا تیار ہونا حضرات گرامی اے نعمتاں اللہ تعالی نے حضرت سلیمان علیہ السلام نو عطا کیتیاں نے ہن مصطفی دے امتیاں سی تے نمک حلال امتی او ہوندا ہے جڑا اپنے نبی دی شان دا کوئی بھی پہلو چھڈ کے اگے نہ ودے اکھاں بند کر کے اگے نہ ودے او ہور نے جڑے بخاری پڑھدے نے جتھوں کوئی شان والی گل آئی اکھ کھڑ کے اینک لا کے تھلے رکھی تے سٹوڈنٹاں نو آکھیا وقت ضائع کرن تو بچاؤ اگے چلو اسی یوں ہاں بخاری پڑھنے ہاں پر ساری حضرات گرامی اسی بخاری پڑھنے ہیں پر ادھی ادھی نہیں ساری پڑھنے ہیں حضرت سلیمان علیہ السلام نو اللہ نے نعمتاں چو اے حصہ عطا کیتا سنی شان مصطفی کلیجے تے ہاتھ رکھی میں کی پڑھن لگا وا حضرت سلیمان علیہ السلام نو جن دتے تابعداری واسطے انسان دتے تابعداری واسطے حضرات انہاں دے ہتھاں وچ کمالات رکھے حضرت سلیمان علیہ السلام واسطے تانبے دا چشمہ بہا دتا سلیمان دے ہتھاں نو اے برکت دتی حضرات سلیمان پیغمبر علیہ السلام آپ ہاتھ نال تانبے نو پکڑ دے نے اینج کر کے تھرو تے کھچ دے نے کسے تانبے دی کلہاڑی بنا دیندے نے کسے دا ٹوکا بنا دیندے نے کسے دا رمبا بنا دیندے نے جو چاہندے نے ہاتھ نال پھڑ کے بنا دیندے نے اللہ دے اے معجزہ نشانہ دتیاں نے حضرت گرامی سلیمان دیاں شاناں نے اوتی نو من کل شیء اے نعمتاں وچوں حصہ اللہ نے عطا کیتا ہن سنی ذرا نعمتاں وچوں بطور نعمت حصے عطا کیتے نے پر میرا نبی مصطفی اللہ دا او محبوب ہے اللہ نے فرمایا محبوبا 1,24,000 نبیاں نو حصے عطا کیتے نے تینوں حصے عطا نہیں کرنے ساریاں نعمتاں اسی تینوں عطا کر رہے ہاں تے نالے قران وچ تینوں مخاطب کر کے اعلان کر رہے ہاں انا اعطینا کل کوثر محبوبا اسا تینوں کوثر عطا کیتی ہے حضرات
कौसर दा माना किसी ने कीता आले मुस्तफा किसी ने कीता औलादे मुस्तफा किसी ने कीता पनीने मुस्तफा किसी ने कीता पनाते मुस्तफा किसी ने कीता अल कौसर दा माना कमालाते मुस्तफा किसी ने कीता इज्जते मुस्तफा किसी ने कीता मोहब्बते मुस्तफा किसी ने कीता रिफाते मुस्तफा किसी ने कीता मौजजाते मुस्तफा रात किसी ने आखिया अल कौसर जन्नत दी एक नहर किसी ने आखिया जन्नत का एक हौज है किसी ने आखिया अल कौसर फुला किसी ने आखिया अल कौसर फुला पर हजरत जिन्ने भी कलम चुकी है अल कौसर की फहरिस्त तैयार करके कलम रख के हाथ बन के किया है सोनिया अल कौसर के माने साडे कोलो बयान ना हो सके सोनिया इस लफ्ज़ दा सा हक नहीं अदा कर सके बस इना कहने आ खुदा ने की दिता खुदा जानदा है तू की लिया तू जानदा है सोनिया असा बस इंज तर्जमा कर देने आ अल्लाह फरमांदे सोनिया इना आतैना कल कौसर महबूबा असा तैनू कौसर अता कीती है खुदा दी हर नेमत कौसर अंदर है होया अल्लाह फरमांदे महबूबा असा जो कुछ बनाया है तेरे नाम महबूबा सा जो कुछ बनाया है तेरे नाम में लाया है क्योंकि महबूबो मुहिब में नहीं होता मेरा तेरा ताई तेरा जाने कलम चुकिया ते लिखिया इन्ना आतैना कल कौसर इन्ना कौसर इन्ना मेरी भी जिद जी जो तक एक एक बंदे दे होंठ ना हिले मैं अगला मिसरा पढ़ना ही नहीं इन्ना आते ना कह कौसर कुरान दी पूरी आयत ते मेरे रजा दे शेर दा पूरा मिसरा अजे भी आखे बरेलवी गल्ला कोलों बनाउंदे ने इन्ना आते ना कह कौसर इन्ना सारी कसरत पाते ये हैं सल्लल्लाहु वसल्लम बुखारी इन्नमा अनकासिम अल्लाह युते अल्लाह फर अल्लाह दे प्यारे हबीब फरमाने ने लोगो अल्लाह अता करन वाला है मैं उदे खजाने आनो वंडन वाला वा मैं उदे खजाने आनो मैं उदे खजाने आनो बोल सल्लल्लाहु हुन इस हदीस का तर्जमा रब है तू जो मर्जी कह असी मुख की गल मुका दीती है रिज़्क़ उसका है खिलाते ये है रिज़्क़ अल्लाह की कसम मैं एक जुमला कभी किसी के खिलाफ नहीं बोलिया पर जेड़े अल्लाह अल्लाह ही करते ने हर वेले चंदा दूसरे को मंगते ने असी चंदे भी नहीं मंगी दे असी रब को मंगने या रब के दिते हुए मुस्तफा कासी में कायनात को मंगने मिलके गवो रिज़्क़ उसका है खिलाते ये हैं सल्लल्लाहु सल्लम हजरात गिरामी तवज्जो ते इन्हिमाक नाल सुनना हुण वापस आओ कुरान करीम दी सूरह नमल तो मैं गुफ्तगू दा आगाज कीता सी सूरह नमल दी आयत नंबर 17 पढ़न लगा मैं हुशीर अली सुलेमान جنوده من الجن والانس والطير فهم يوزعون
حضرت سلیمان علیہ السلام واسطے انہاں دا لشکر اکٹھا کیتا گیا۔ ہن اگے ایک واقعہ آن لگا بڑا دلچسپ، لشکر اکٹھا کیتا گیا تے جدوں آپ ٹردے سن نا تخت تے بہ کے، ایک پاسے جن ہوندے سن ایک پاسے انسان ہوندے سن تے پرندے اپنے پراں دیاں چھتریاں بنا کے سایہ کر کے فضا وچ اڑدے سن۔ اے حضرت جناب سلیمان علیہ السلام دا تم تراک اور انہاں دی شان و شوکت دا عالم۔ حضرات لیکن اے جس دن دا قصہ اللہ دا قرآن بیان کرن جا رہا ہے نا، جڑی میں آیت پڑھن لگا، حضرات اے قصہ اس دن دا نہیں جدوں حضرت سلیمان علیہ السلام تخت تے اڑدے سن۔ حضرت سلیمان علیہ السلام اج سفر گھوڑے تے بہ کے کر رہے ہیں، اگرچہ تخت بھی آئے اللہ نے وہ بھی شان دتی ہے، لیکن اج گھوڑے تے بیٹھ کے سفر پہ کردے نے، ایک پاسے انسان نے ایک پاسے جنات نے، اتے پرندیاں نے پراں دیاں چھتریاں بنا کے چھاں کیتی ہوئی ہے۔ حضرات قافلہ گزر رہا ہے، گزر دیاں جتھوں قافلہ گزر رہا ہے اتھوں دو ایک فرساخ ہوندا ہے کنے میلاں دا تین میل دور ایک وادی ہے جتھے چیونٹیاں دی ایک فوج رہندی۔ بولیا کرو سبحان اللہ، کنے میل دور تین میل دور، ایتھوں تین میل دور ایس ٹائم کی ہو رہا ہے؟ تہاڈے چوں کوئی ایک بندہ تہجد گزار ہوے، تقوی گزار ہوے، سائنس دان ہوے، موبائل اُدے کول چنگا ہوے، جو بھی ہوے، تین میل دور بندہ بیٹھا کی کر رہا ہے؟ یہ تین میلاں دے ڈسٹینس تے کی ہو رہا ہے؟ کوئی بندہ سر دی اکھ نال ویکھ کے دس سکدا ہے؟ اپنے کناں نال سن کے دس سکدا ہے تین میلاں تو دور کی گل ہو رہی ہے؟ دس سکدا ہے کوئی بندہ؟ لیکن علی وقار حضرات توجہ پیار نال اللہ دی قرآن دی آیت سننا، سورۃ النمل دی آیت نمبر 18 پڑھن لگا۔ حتی اذا اتو علی واد النمل قالت یا ایھا قالت نملۃ یا ایھا النمل ادخلوا مساکنکم لا یحطمنکم سلیمان وجنودہ وہم لا یشعرون۔ ہن کلیجیاں تے ہتھ رکھنا، پہاڑ چھوٹے نے تے جملے بڑے نے جڑے پڑھن جا رہے ہاں۔ واہ حضرات گرامی، تین میلاں دا درمیان وچ فاصلہ ہے، وادی آ گئی ہے چیونٹیاں دی، تے چیونٹی بڑی سمجھدار جانور جے۔ حضرات میں تفسیر دیاں کتاباں وچ پڑھیا ہے کہ چیونٹی دی ایک مستمر عادت ہے، چیونٹی نو اللہ نے اینی دانش دتی ہے۔ حضرات اے چھوٹا جیہا جانور ہے، چھوٹا جیہا مکوڑا ہے حشرات الارض وچ، کیڑی نو اللہ نے ایڈی دانش تو دیتی ہے کہ کیڑی جدوں گندم دا دانہ چکے گی اونوں ثبوتا اپنی بل تک نہیں کھڑے گی، دو ٹکڑے کرے گی۔ سمجھدار بندے بیٹھے ہو، اگر کوئی بندہ جواب دے سکدا ہے تے کھڑا ہو کے جواب دے۔ میرا چیلنج ہے لاڈ نال، محبت نال، کہ کیوں کی وجہ ہے؟ ایدی دانش وچ ایسی کیڑی گل اللہ نے رکھ دتی ہے کہ گندم دا دانہ جدوں چکے گی ثابت گندم دا دانہ اپنی بل وچ نہیں کھڑے گی، دو ٹکڑے کر کے کھڑے گی۔ حضرات کسی نے جواب نہیں آؤں دا اور نہ ہی کر دیا کرو، نہیں آؤں دا دس دئیے۔ حضرات ویسے کئیاں بندیاں دے ذہن چوئے گا کو پہارا لکا کرن واسطے کر دیئے، نہیں وہ اپنی جسامت تو چار گنا وڈی چیز چکی پھر دی ہوندی ہے۔ حضرات میں پڑھیا ہے کہ کیڑی چیونٹی گیہوں دے دانے نو دو ٹکڑے کر کے واری واری تہاں چکے کھڑ دیئے، کیونکہ وہ دی دنست وچ اللہ نے یہ چیز رکھی ہے، وہ سمجھ لیے کدھر بارش پہ گئی زمین نم ہو گئی تے دانا اگ پینا ہے، دانا اگ پینا ہے۔ اور دوسری دلچسپ حضرات گل لے وے کہ گندم دے دانے نو چک کے دو ٹوٹے کر کے کھڑ دی ہے، لیکن جدوں تنیے دا دانا لبے نا یا مسراں دا دانا لبے انہوں چار ٹکڑے کر کے چار پھیرے لا کے کھڑ دی ہے۔ کیوں؟ کیونکہ تنیے تے مسراں دے دانے چ اللہ نے یہ شان رکھی ہے، وہ دو ٹوٹے ہن تھمی ہو کے پینا ہے۔
चार टुकड़े होते उगदा नहीं। हजरत गिरामी कीड़ी बड़ी समझदार मखलूक है अल्लाह करीम दी। हजरत गिरामी जनाब सय्यदुना सुलेमान अलैहिस सलाम दा लश्कर पिया आउंदा है ते इन्ना कीड़ियां दी फौज दी सरदार अगे वधे कालत नम अल्लाह। हुण जुमला सुनना जरा, इत्थे एक और दिलचस्पी वाली गल करां। कूफे दे अंदर सहाबी रसूल हजरत कतादा रदी अल्लाह तआला अनहु आए, मजमे विच खलो के वाज पे कर देने ते कहंदे लोग मैं मुस्तफा दा सहाबी आ, मैं डायरेक्ट सरकार कोलो ए गल्लां सुनियां ते सिखियां ने, कुरान ओ सुन्नत दा मेरे कोल मकदूर भर इलम है। जेड़ा बंदा कोई सवाल करना चाहे उठ के कर लवो। हजरात इस मजमे विच सुनियां दा इमाम इमाम नुमान बिन साबित अबू हनीफा भी बैठे हुए ने। अजे फकीर दी असीयत नाल नहीं, अजे फकीर दी असीयत नहीं मिली, अजे बच्चे ने छोटे ने। हजरत गिरामी जनाबे नुमान बिन साबित इमाम अबू हनीफा उठ के खलो गए, हाथ बन के कहंदे ने हुजूर मेरे मुस्तफा करीम अलैहिस्सलातु वस्सलाम दे चेहरे वदुहा नु अपने जाहिरी ते सिर दी अख नाल तकन वालेओ, ऐ इज्जतां वाले सहाबीए रसूल मैं गुस्ताखी मुआफ समझा ते एक सवाल पूछ सकना वा? आपने फरमाया पुत्र शहजादे आ पूछ की पूछना जाना है। हजरत जनाबे नुमान बिन साबित सूफी इमाम आजम इमाम अबू हनीफा ने अर्ज की, हुजूर मैं ये पूछना चाहना, अल्लाह के कुरान ने सूरत नमल के अंदर हजरत सुलेमान अलैहिस सलाम की जड़ी चियूंटी की गल की थी है, वो मलिका वो चियूंटी सरदार चियूंटी वो मुजक्कर सी या मुअन्नस सी? हजरत कतादा मुस्कुरा के कहने लगे मैं ला जवाब, क्योंकि एडी हत कुरान और सुन्नत विच किधरे ने। नुमान बिन साबित हाथ बन के कहंदे ने अगर सहाबी रसूल नाराज ना होवे तो मैं दस देवा। आपने फरमाया शहजादे दस, हजरत नुमान बिन साबित इमाम आजम इमाम अबू हनीफा सुनिया दा इमाम मुस्कुरा के बोलिया हुजूर ओ चियूंटी मुअन्नसी। कतादा कहन लगे दलील की है? हजरत इमाम आजम मुस्कुरा के कहंदे ने क्योंकि अल्लाह का कुरान फरमांदा कालत नम लह, अगरचे नम लह जेड़ा लफ्ज है बज़ाहिर मुअन्नस है लेकिन हजरत लफ्ज नमला अरबी ज़बान अंदर मुअन्नस ते भी बोलिया जांदा है, मुज़क्कर कीड़े पे भी बोलिया जाता है, लेकिन हजरत सुलेमान हजरत जनाबे इमाम आजम ने फरमाया अल्लाह करीम ने लफ्ज कालत इस्तेमाल किया। कालत सीगा वाहिद मुअन्नस गायब दा है, वाहिद मुअन्नस गायब दा सीगा इस्तेमाल किया गया है, लिहाजा ये गल दस रही है कि हजरत सुलेमान अलैहि सलाम वाली जड़ी चियूंटी सी ना सरदार चियूंटी वो मुजक्कर नहीं सी मुअन्नस सी। हजरत गिरामी चियूंटी ने मुखातिब करके मलिका ने ताखिया ने किया करो है नमल नमल चलो लुक जाओ छुप जाओ अपने अपने घर चले जाओ या अय्युहन नबलुद खुलू मसाकिनकुम, चियूंटियो चलो जल्दी जल्दी अपने अपने मस्कना दी राह लो, अपनी अपनी सुकूनत गावां विच चले जाओ चले जाओ, हटो हटो बचो बचो लुको लुको छुपो छुपो। कीड़ियां पुछदियां ने नी मलका होया की ए कलेजे ते हाथ रख, तिन्ना मीला दे फासले ते हजरत सुलेमान दा लश्कर आ रिहा है। कीड़ी कहंदी ए ला यहतिमन नकुम सुलेमान वजनुद, किधरे हजरत सुलेमान ते ओना दे लश्कर जेदी आमद तिन्ना मीला दे फासले ते ओ लश्कर आ रिहा है, किधरे ओना सिपाहियां दे कदमा थल्ले आके मिटियां ना जावो। हुण हजरत गिरामी तवज्जो ते प्यार नाल सुनना, इस मजमे विच भट्टी साहब मौजूद ने, मेरे दो दोस्त मैं नावां तों वाकिफ नहीं मगर मेरे नाल मुहब्बत करन वाले ने, मुरीद के दा इलाके किला भट्टियां उत्थों तशरीफ ले आए ने। इन्हां दी डेट है 20 नवंबर और जेडे दोस्त लाहौर या गुजरां वाला बिजनेस करन वास्ते या किसी भी जॉब करन वास्ते जांदे ने उन्हां वास्ते अर्ज़ है 20 नवंबर सुबह गालिबन फजर दी नमाज तो बाद, फजर दी नमाज 10 बजे तकरीबन महफिल पाक शुरू होएगी दिन दे वक्त और असर तक चलेगी, जिहदे विच अल्लामा मुफ्ती मुहम्मद इकबाल चिश्ती
साहब का खिताब होएगा और अल्लामा खादिम हुसैन खुर्शीद साहब का खिताब होएगा। तीसरा खिताब जनाब हजरत पीर सैयद वसीमुल हसन शाह साहब नकवी शबीर शाह साहब के साहिबजादे इन्हों का खिताब होएगा। चौथा खिताब पीर सैयद सोना माई शाह साहब का होएगा और पांचवा खिताब मैं गुनाहगार का होएगा। लिहाजा जेडे दोस्त उधर जाते हैं डेट नोट रखियो तशरीफ ले आयो अजीम शान शाने सहाबा शाने अहले बैत बिलखुसूस नवासे रसूल इमाम हुसैन के नाम से सजन वाली कॉन्फ्रेंस ते महफिल पाक होएगी इंशाल्लाह सुनोगे ते ईमान ताजा होएगा। इन्होंने कल मैनू कॉल ते आखिया सी असि कुछ फरमाइश करना चाहते हैं। मैं आखिया यार मेरे मुरीद ने मैनू फरमाइश की है मैं ऑलरेडी पाबंद वा मैं उनवान बयान करना है। इन्होंने शाने सहाबा की गल की आओ मैं एक नुकता पेश कर लगा शाने सहाबा के उनवान पे अल्लाह का कुरान दसदा है कीड़ी बोल के गेंदी है हटो हटो बचो बचो लुको लुको छुपो छुपो क्योंकि हजरत सुलेमान पे ओना दा लश्कर पिया होंदा है किधरे इंज ना होवे तुसी ओना दे पैरां थले आके मिटियां जाओ बहु मल्ला यश उरून ते ओना नु पता ना होवे ठंडे दिमाग नाल मेरा नुक्ता सुन के ले जा नाल बहु मल्ला यश उरून ओना नु पता ना होवे क्योंकि अगर ओना नु पता लग जाए फिर तुहानू मिटणगे नहीं इंज ना होवे किधरे ओना नु पता ना लगे बेख्याली विच गुजरन तुसी ओना दे पैरां थले आके कुचलियां ते मछलियां जाओ दुनिया वाले सुन लो अल्लाह का कुरान दस दे कीड़िया की सरदार का अकीदा है वे ना नबी जालिम है ना नबी दे सहाबा जालिम कुरान दसदा है ना नबी जालिम हुंदा है ना नबी दे सच्चे सहाबा जालिम हुंदे ने। हज़रते गिरामी जदों कीड़ी ने ये गल कीती हुण तवज्जो ते प्यार नाल जुमला सुनना जरा फतबस्सम दाहिकम मिन कौलिहा तबस्सुम कहंदे ने हल्की मुस्कुराहट नूं जिहदे च बंदे दा मुंह वी ना खुले आवाज ले ना अरबी विच दाहिक कहंदे ने उस मुस्कुराहट नूं जिहदे नाल बंदे दे दंद झलक जाण। सरकारे दो आलम सल्लल्लाहु अलैहि वसल्लम अक्सर मुस्कुराहट फरमांदे सन ते बहुते खुश हुंदे सन वैसे मुस्कुराउंदे सन ते मुंह नहीं सी खुलदा बहुते खुश हुंदे सन ते सरकार दे दंदान मुबारक नजर आ जांदे सन ते जे बहुती कोई खुशी दी गल हुंदी सी सरकार ने खुल के मुस्कुराना ते सरकार दीयां दाड़ां नजर आ जाणियां लेकिन ऐसी हंसी जिहदे विच दंद भी जाहिर हो जाण मुंह खुल जाए ते आवाज पैदा होवे उहनूं कहिंदे ने कहकहा। सरकार ने ना कदी कहकहा लगाया और ना कदी कह कहा लगाने की इजाजत दी ना पसंद कीता। हजरत सरकार जी दो मुस्कुराउंदे सन सहाबा कहंदे ने इंज लगदा सी जिवें जन्नत दे अठों दरवाजे इक्को वारी खुल गए ने वक्त नहीं वरना सरकार की मुस्कुराहट का जिक्र करदा टाइम मेरा पूरा हो गया अगर इजाजत दियो ते गुफ्तगू मुकम्मल कर लईए बहुत मुहब्बत हजरात चूंकि मुहर्रम उल आराम विच मैं टाइम घट देंदा रहा वा अज मैं 15-20 मिनट तुहाडे लैणा चाहना इजाजत है सारिआं दी मिलके बोलिए सारिआं दी इजाजत है। हजरत जनाब सुलेमान अलैहिस्सलाम ने जदों उस कीड़ी की गल सुनी ये हुण तर्जमा कोलो नहीं करन लगा फतबस्सम दाहिकम मिन कौलिहा 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 कई बंदे कहंदे ने तर्जमे कोलो बणांदे ने ना बह जा आ जा सिर्फ नहव दे कवानीन मलहूज रख के कर तर्जमा फतबस्सम दाहिकम मिन कौलिहा उस चींटी की गल की वजह तो हजरत सुलेमान मुस्कुरा खलोते किथे ने तेनू नहीं पता मैं की कही जाना खलोते किथे ने चींटी तो तिना मीलां दे दूरी दे खलोते ने इन्ना मीलां दे फासले दे खलोते ने चींटी दी गल सुन के हस रहे ने मुस्कुरा रहे ने हजरत जे सुलेमान अलैहिस सलाम तिना मीलां दे डिस्टेंस तो ओए कीड़ी दी गल सुन सकदे ने जिहदे सदके हजरत सुलेमान नूं नबुव्वत मिली है ओ जिहड़ा शबे मेराज बैतुल मुकद्दस विच मुस्तफा के पिछे मुक्तदी बन के हाथ बन के खलोता रहा ज
ਜੇ ਉਹ 3 ਮੀਲਾਂ ਦੇ ਫਾਸਲੇ ਤੇ ਚਿਉਂਤੀ ਦੀ ਗੱਲ ਸੁਣ ਸਕਦਾ ਹੈ ਜਿਹਦੇ ਸਦਕੇ ਸੁਲੇਮਾਨ ਅਲੈਹਿਸ ਸਲਾਮ ਨੂੰ ਨਬੂਵਤ ਮਿਲੀ ਉਹ ਜਿਸ ਨਬੀ ਦੇ ਪਿੱਛੇ ਸੁਲੇਮਾਨ ਨੇ ਨਮਾਜ਼ਾਂ ਪੜ੍ਹੀਆਂ ਨੇ ਉਹ ਮੁਹੰਮਦ ਮੁਸਤਫਾ ਗੁੰਬਦੇ ਖਦਰਾ ਵਿੱਚ ਲੇਟ ਕੇ ਆਪਣੇ 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 ਗੁਨਾਹਗਾਰ ਉਮਤੀਆਂ ਦਾ ਦਰੂਦ ਤੇ ਸਲਾਮ ਕਿਉਂ ਨਹੀਂ ਸੁਣ ਸਕਦਾ ਸਰਕਾਰ ਨੇ ਫਰਮਾਇਆ ਇੰਨੀ ਅਸਮਾ ਉਸ ਸਲਾਤ ਅਹਲੀ ਮੁਹੱਬਤੀ ਬਾਰਿਫਹੁਮ ਲੋਗੋ ਐਵੇਂ ਮਜ਼ਾਕ ਨਾ ਸਮਝਣਾ ਮੈਂ ਮੁਹੱਬਤ ਵਾਲਿਆਂ ਦੇ ਦਰੂਦ ਸੁਣ ਵੀ ਲੈਣਾ ਵਾ ਤੇ ਉਹਨਾਂ ਨੂੰ ਪਹਿਚਾਣ ਵੀ ਲੈਣਾ ਵਾ ਸੱਚ ਫਰਮਾਇਆ ਬਰੇਲੀ ਵਾਲੇ ਮੁਰਸ਼ਦ ਨੇ ਕਿ ਦੂਰੋ ਨਜ਼ਦੀਕ ਸੇ ਸੁਣਨੇ ਵਾਲੇ ਵੋ ਕਾਨ ਦੂਰੋ ਨਜ਼ਦੀਕ ਸੇ ਸੁਣਨੇ ਵਾਲੇ ਵੋ ਕਾਨ ਦੂਰੋ ਨਜ਼ਦੀਕ ਸੇ ਸੁਣਨੇ ਕੇ ਦੂਰੋ ਨਜ਼ਦੀਕ ਸੇ ਸੁਣਨੇ ਵਾਲੇ ਵੋ ਕਾਨ ਦੂਰੋ ਨਜ਼ਦੀਕ ਸੇ ਸੁਣਨੇ ਵਾਲੇ ਵੋ ਕਾਨ ਲਾਲੇ ਕਰਾ ਲੱਖੋ ਸਲਾਮ ਬੋਲੋ ਮੁਸਤਫਾ ਜਾਨੇ ਸ਼ਮਏ ਬਜ਼ਮੇ ਹੈ ਦਾ ਯਾ ਪੇਲਾ ਹਮ ਯਹਾਂ ਪਰ ਪੜੇ ਵੋ ਮਦੀਨੇ ਸੁਨੇ ਹਮ ਯਹਾਂ ਸੁਨੇ ਉਨਕੀ ਆਲਾ ਸਮਾ ਪੇ ਲੱਖੋ ਸਲਾਮ ਕਹੀਏ ਮੁਸਤਫਾ ਮਿਸ਼ਮਏ ਬਜ਼ਮੇ ਹੈ ਦਾ ਪਰ ਇਹ ਵੇਖੋ ਅੱਲਾ ਨੇ ਚਿਉਂਤੀ ਨੂੰ ਕਿੰਨੀ ਇੱਜ਼ਤ ਤੋਂ ਨਵਾਜ਼ਿਆ ਹੈ ਉਹ 3 ਮੀਲਾਂ ਦਾ ਫਾਸਲਾ ਹੈ ਚਿਉਂਤੀ ਨੂੰ ਪਤਾ ਹੈ ਲਸ਼ਕਰ ਆ ਗਿਆ ਇਹ ਵੀ ਪਤਾ ਹੈ ਲਸ਼ਕਰ ਸੁਲੇਮਾਨ ਨਬੀ ਦਾ ਹੈ ਜੇ ਹਜ਼ੂਰ ਨੂੰ ਨਾ ਮੰਨੇਗਾ ਤੇ ਫਿਰ ਕੁਰਾਨ ਕੀੜੀਆਂ ਦੀ ਵੀ ਸਮਾਅਤ ਬਸਾਰਤ ਮਨਵਾਏਗਾ ਮੇਰੇ ਮਾਲਿਕ ਮੈਨੂੰ ਤੋਫੀਕ ਦੇ ਕਿ ਮੈਂ ਉਸ ਨਿਮਤ ਦਾ ਸ਼ੁਕਰ ਅਦਾ ਕਰ ਸਕਾਂ ਜਿਹੜੀ ਨਿਮਤ ਤੂੰ ਮੇਰੇ ਉੱਤੇ ਕੀਤੀ ਹੈ ਵਅਲਾ ਵਾਲਿਦਈਆ ਤੇ ਮੇਰੇ ਮਾਂ ਬਾਪ ਤੇ ਕੀਤੀ ਹੈ ਹਜ਼ਰਤ ਗਿਰਾਮੀ ਅੱਗੇ ਹਜ਼ਰਤ ਸੁਲੇਮਾਨ ਇਸ ਤੇ ਇਨਕਸਾਰੀ ਦੀ ਤਸਵੀਰ ਬਣ ਕੇ ਕਹਿੰਦੇ ਨੇ ਐ ਮੇਰੇ ਮਾਲਕਾ ਅਨ ਅਮਲ ਸਾਲਿਹਾਂ ਤਰਦਾਹ ਮੈਨੂੰ ਉਹਨਾਂ ਅਮਲਾਂ ਦੀ ਕਰਨ ਦੀ ਅਦਾਇਗੀ ਦੀ ਤੋਫੀਕ ਦੇ ਜਿੰਨਾ ਅਮਲਾਂ ਨਾਲ ਤੂੰ ਰਾਜ਼ੀ ਹੋ ਜਾਏ ਵਅਦਖਿਲਨੀ ਬਿਰਹਿਮਤਿਕ ਫੀ ਇਬਾਦਿਕ ਸਾਲਿਹੀਨ ਐ ਮਾਲਿਕ ਮੌਲਾ ਐ ਪਰਵਰਦੀਗਾਰ ਆਲਮ ਮੈਨੂੰ ਆਪਣੀ ਰਹਿਮਤ ਦੇ ਨਾਲ ਵੇਖ ਵੇਖ ਜੁਮਲਾ ਸੁਣ ਮੈਨੂੰ ਆਪਣੀ ਰਹਿਮਤ ਦੇ ਨਾਲ ਅਸੀਂ ਦੋ ਵਾਰੀ ਤਜਦ ਪੜ੍ਹੀਏ ਤੇ ਤੀਸਰੇ ਦਿਨ ਆਪਣੇ ਨਾਮ ਨਾਲ ਸੂਫੀ ਲਿਖਿਆ ਹੁੰਦਾ ਹੈ ਦੋ ਦੇਗਾ ਪਕਾ ਕੇ ਵੰਡ ਦਈਏ ਤੇ ਲੋਕਾਂ ਨੂੰ ਦੱਸਦੇ ਫਿਰੀਦਾ ਬਈ ਮੈਂ ਬੜਾ ਸਖੀ ਹਾਂ ਮੈਂ ਹਰ ਜੁਮੇਰਾਤ ਨੂੰ ਦੇਗ ਲਾ ਕੇ ਵੰਡਦਾ ਵੇਖ ਵੇਖ ਕਿੰਨਾ ਬੜਾ ਨਬੀ ਕਿੰਨੇ ਅਮਾਲ ਦਾ ਜ਼ਖੀਰਾ ਇਹਦੇ ਕੋਲ ਮੌਜੂਦ ਹੈ ਪਰ ਇਹ ਨਹੀਂ ਕਹਿੰਦਾ ਮੌਲਾ ਮੈਂ ਬੜਾ ਨੇਕ ਹਾਂ ਮੇਰੇ ਅਮਾਲ ਦੀ ਵਜ੍ਹਾ ਤੋਂ ਮੇਰੇ ਅਮਾਲ ਦੀ ਬੁਨਿਆਦ ਤੇ ਮੈਨੂੰ ਬਖਸ਼ ਦੇਈਂ ਬਲਕਿ ਕਹਿੰਦੇ ਨੇ ਆਪਣੀ ਰਹਿਮਤ ਨਾਲ ਮੌਲਾ ਮੈਨੂੰ ਆਪਣੇ ਨੇਕੋਕਾਰ ਬੰਦਿਆਂ ਵਿੱਚ ਦਾਖਲ ਫਰਮਾ ਲੈ ਹਜ਼ਰਤ ਹੁਣ ਨਾਲ ਹੀ ਇੱਕ ਹੋਰ ਕਿੱਸਾ ਕੁਰਾਨ ਪਾਕ ਨੇ ਬਿਆਨ ਕੀਤਾ ਮੈਂ ਹੁਣ ਮੁਖਤਸਰ ਬਿਆਨ ਕਰਨਾ ਚਾਹੁੰਦਾ ਖੁਲਾਸਾ ਸੁਣਾਉਣਾ ਹੈ ਵਤਫਕਦਤ ਤੈਰ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਨੇ ਪਰਿੰਦਿਆਂ ਵੱਲ ਨਜ਼ਰ ਮਾਰੀ ਨਾ ਤੇ ਪਰਿੰਦਿਆਂ ਵਿੱਚੋਂ ਪਰਿੰਦਿਆਂ
ਆਪਨੂੰ ਨਜ਼ਰ ਨਾ ਆਇਆ। ਫਕਾਲ ਮਾਲੀ ਯਦਾ ਅਰਲ ਹੁਦਹੁਦਾ ਅਮਕਾਨਾ ਮਿਨ ਅਲਗਾਇਬੀਨ। ਆਪਨੇ ਫਰਮਾਇਆ ਵੀ ਕੀ ਗੱਲ ਹੈ, ਮੈਨੂੰ ਹੁਦਹੁਦ ਨਜ਼ਰ ਨਹੀਂ ਆ ਰਿਹਾ। ਇਹ ਪਰਿੰਦਿਆਂ ਦਾ ਸਰਦਾਰ ਸੀ। ਹੁਦਹੁਦ ਇੱਕ ਪਰਿੰਦਾ ਹੈ ਜਿਹਦੇ ਸਿਰ ਦੇ ਉੱਤੇ ਤਾਜ ਨੁਮਾ ਬੋਧੀ ਹੁੰਦੀ ਹੈ। ਇਹ ਗੋਲਡਨ ਬਲੈਕ ਐਂਡ ਵਾਈਟ ਕਲਰ ਦਾ ਪਰਿੰਦਾ ਹੁੰਦਾ, ਬੜਾ ਸੋਹਣਾ ਲੱਗਦਾ ਹੈ। ਜਿਹਨੂੰ ਅਸੀਂ ਘੁੱਗੂ ਵੀ ਕਹਿੰਦੇ ਹਾਂ, ਇੱਕ ਘੁੱਗੀ ਹੁੰਦੀ ਹੈ ਨਾ ਘੁੱਗੀ, ਇਹ ਦੂਸਰਾ ਇੱਕ ਘੁੱਗੂ ਹੁੰਦਾ ਜਿਹਦੇ ਸਿਰ ਦੇ ਉੱਤੇ ਤਾਜ ਹੁੰਦਾ, ਬੜਾ ਖੂਬਸੂਰਤ ਪਰਿੰਦਾ ਹੁੰਦਾ ਬਲੈਕ ਚੁੰਝ ਵਾਲਾ। ਇਹ ਬੜਾ ਪਿਆਰਾ ਪਰਿੰਦਾ, ਖੁਸ਼ਨੁਮਾ, ਇਹਦੀ ਆਵਾਜ਼ ਬੜੀ ਸੋਹਣੀ, ਤੇ ਪਰਿੰਦਿਆਂ ਦੀ ਸਿਆਦਤ ਹਜ਼ਰਤ ਸੁਲੇਮਾਨ ਅਲੈਹਿ ਸਲਾਮ ਨੇ ਬਖਸ਼ੀ ਹੈ। ਇਹਦੀ ਡਿਊਟੀ ਪਤਾ ਕੀ ਹੈ, ਜਿੱਥੇ ਲਸ਼ਕਰ ਨੇ ਪੜਾਉ ਕਰਨਾ ਹੁੰਦਾ, ਹਜ਼ਰਤ ਦਾਊਦ ਅਲੈਹਿ ਸਲਾਮ ਦੇ ਹੁਕਮ ਦੇ ਮੁਤਾਬਿਕ ਹੁਦਹੁਦ ਉੱਡਦਾ, ਜਾ ਕੇ ਉਸ ਇਲਾਕੇ ਦੀ ਛਾਣਬੀਨ ਕਰਦਾ ਹੈ, ਵੇਖਦਾ ਹੈ ਬਈ ਇੱਥੇ ਪਾਣੀ ਦਾ ਇੰਤਜ਼ਾਮ ਹੈਵੇ ਨਹੀਂ, ਤੇ ਚੁੰਝ ਮਾਰ ਕੇ ਚੈੱਕ ਕਰਦਾ ਹੈ ਕਿ ਪਾਣੀ ਕਿੰਨੀ ਕੁ ਖੁਦਾਈ ਕਰਕੇ ਜ਼ਮੀਨ ਵਿੱਚੋਂ ਸਾਨੂੰ ਮੁਯੱਸਰ ਆਏਗਾ। ਫਿਰ ਆ ਕੇ ਹਜ਼ਰਤ ਸੁਲੇਮਾਨ ਨੂੰ ਦੱਸਦਾ ਹੈ ਕਿ ਹਜ਼ਰਤ ਸੁਲੇਮਾਨ ਅਲੈਹਿ ਸਲਾਮ ਖੁਦਾਈ ਕਰਵਾਉਂਦੇ ਨੇ, ਉੱਥੇ ਪੜਾਓ ਡਾਲ ਦਿੰਦੇ ਨੇ। ਹਜ਼ਰਤ ਹੁਦਹੁਦ ਨੂੰ ਗਾਇਬ ਪਾਇਆ ਅੱਲਾਹ ਦੇ ਪਿਆਰੇ ਨਬੀ ਨੇ। ਹੁਣ ਜੁਮਲਾ ਸੁਣਿਓ ਤੇ ਮਜ਼ਾ ਲਿਓ। ਹਜ਼ਰਤ ਸੁਲੇਮਾਨ ਅਲੈਹਿ ਸਲਾਮ ਨੇ ਫਰਮਾਇਆ, ਕਿੱਥੇ ਗਿਆ ਹੈ, ਗਾਇਬ ਹੋ ਗਿਆ ਅੱਲਾਹ। ਉਅਜ਼ਬਨਹ ਅਜ਼ਾਬਨ ਸ਼ਦੀਦਾ, ਆ ਲੈਣ ਦਿਓ ਇਸ ਪਰਿੰਦੇ ਨੂੰ ਹੁਦਹੁਦ ਨੂੰ, ਮੈਂ ਅੱਜ ਇਹਨੂੰ ਛੱਡਣਾ ਹੀ ਨਹੀਂ, ਅੱਜ ਮੈਂ ਇਹਨੂੰ ਅਜ਼ਾਬੇ ਸ਼ਦੀਦ ਨਾਲ ਦੋ ਚਾਰ ਕਰਨਾ ਹੈ। ਯਾਨੀ ਇਹਦੇ ਪਰ ਵਗੈਰਾ, ਖੰਭ ਵਗੈਰਾ ਉਖਾੜ ਦੇਣੇ ਨੇ। ਜੁਮਲੇ ਦਾ ਮਜ਼ਾ ਲਿਓ। ਔਲਾ ਅਜ਼ਬਨਹ, ਆਣ ਤੇ ਦਿਓ ਇਹਨੂੰ, ਮੈਂ ਕਰ ਲੈਣਾ ਇਹਦਾ ਇਲਾਜ, ਇਹਦਾ ਕਿੱਸਾ ਹੀ ਅੱਜ ਤਮਾਮ ਕਰ ਦੇਣਾ, ਛੁਰੀ ਫੇਰ ਦੇਣੀ ਹੈ ਇਸ ਨੂੰ। ਇਹ ਬਗੈਰ ਇਜਾਜ਼ਤ ਤੋਂ ਚਲਾ ਜਾਂਦਾ, ਮੈਨੂੰ ਪੁੱਛਿਆਂ ਦੱਸਿਆਂ ਬਗੈਰ ਹੀ ਚਲਾ ਜਾਂਦਾ ਹੈ। ਔਲਾ ਯਕਤੀਨੀ ਬਿਸੁਲਤਾਨੀ ਮੁਬੀਨ, ਅੱਲਾ ਦਾ ਕੁਰਾਨ। ਹਜ਼ਰਤ ਸੁਲੇਮਾਨ ਫਿਰ ਆਪ ਹੀ ਹੱਸ ਕੇ ਕਹਿੰਦੇ ਨੇ, ਚਲੋ ਇੱਕ ਸੂਰਤ ਚ ਮਾਫੀ ਦੇਵਾਂਗੇ, ਅਗਰ ਕੋਈ ਸਨਦ ਲੈ ਆਵੇ, ਪੁਖਤਾ ਦਲੀਲ ਲੈ ਆਵੇ, ਆਪਣੇ ਗਾਇਬ ਹੋਣ ਦਾ ਕੋਈ ਮਾਕੂਲ ਜਵਾਬ ਲੈ ਆਵੇ, ਫਿਰ ਅਸੀਂ ਛੱਡ ਦੇਵਾਂਗੇ। ਆਲੀ ਬਕਾਰ ਹਜ਼ਰਤ, ਕੁਛ ਦੇਰ ਗੁਜ਼ਰੀ, ਹੁਦਹੁਦ ਪਰਿੰਦਾ ਆ ਗਿਆ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਦੀ ਬਾਰਗਾਹ ਚ। ਆਪ ਦਾ ਕੋਈ ਇਰਾਦਾ ਨਹੀਂ ਸੀ ਇਹਨੂੰ ਨੁਕਸਾਨ ਪਹੁੰਚਾਉਣ ਦਾ, ਨਾ ਇਹਨੂੰ ਜ਼ਿਬਾ ਕਰਨ ਦਾ, ਨਾ ਇਹਨੂੰ ਸਜ਼ਾ ਦੇਣ ਦਾ। ਕਿਉਂ ਫਿਰ ਫਰਮਾਈਆਂ ਗੱਲਾਂ? ਤਾਂ ਕਿ ਦੂਸਰੇ ਬੰਦਿਆਂ ਨੂੰ ਕੰਨ ਹੋ ਜਾਣ, ਇਨਸਾਨਾਂ ਨੂੰ, ਜਿੰਨਾਂ ਨੂੰ, ਪਰਿੰਦਿਆਂ ਨੂੰ, ਜਾਨਵਰਾਂ ਨੂੰ ਕੰਨ ਹੋ ਜਾਣ ਕਿ ਬਈ ਅਗਰ ਅਸੀਂ ਅੱਲਾਹ ਦੇ ਪਿਆਰੇ ਪੈਗੰਬਰ ਦੀ ਨਾਫਰਮਾਨੀ ਕੀਤੀ ਤੇ ਸਾਡੇ ਨਾਲ ਅੱਲਾਹ ਰਸੂਲ ਉਹ ਸਲੂਕ ਕਰਨਗੇ ਕਿ ਸਾਨੂੰ ਤਕਲੀਫ ਉਠਾਉਣੀ ਪਵੇਗੀ। ਲੇਕਿਨ ਆਪ ਦਾ ਕੋਈ ਐਸਾ ਇਰਾਦਾ ਨਹੀਂ ਸੀ। ਮੁਫਸਰੀਨ ਕਿਰਾਮ ਫਰਮਾਉਂਦੇ ਨੇ, ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਅੱਲਾਹ ਦੇ ਨਬੀ ਸਨ, ਤੇ ਜਿਹੜਾ ਜ਼ਾਲਿਮ ਹੋਵੇ ਉਹ ਨਬੀ ਨਹੀਂ ਹੁੰਦਾ, ਜਿਹੜਾ ਨਬੀ ਹੋਵੇ ਉਹ ਜ਼ਾਲਿਮ ਨਹੀਂ ਹੁੰਦਾ। ਹਜ਼ਰਤ ਜਨਾਬ ਸੁਲੇਮਾਨ ਅਲੈਹਿਸ ਸਲਾਮ ਨੇ ਨਿਗਾਹ ਉਠਾਈ, ਫਰਮਾਇਆ ਹੁਦਹੁਦ ਆ ਗਿਆ, ਇਲਾ ਗਿਆ, ਨਜ਼ਰ ਆ, ਨਜ਼ਦੀਕ ਆਇਆ। ਆਪਨੇ ਤਾਜ ਤੋਂ ਯਾਨੀ ਬੋਦੀ ਤੋਂ ਪਕੜ ਲਿਆ, ਮੁਤਨੱਬੇ ਕਰਨ ਦੇ ਅੰਦਾਜ਼ ਵਿੱਚ, ਜਿਵੇਂ ਬੰਦਾ ਕੰਨ ਖਿੱਚਦਾ ਕਿਸੇ ਦੇ। ਹਜ਼ਰਤ ਕਰੀਬ ਕਰਕੇ ਆਪਨੇ ਫਰਮਾਇਆ, ਕਿੱਥੇ ਗਾਇਬ ਸੇ? ਇੱਥੇ ਹੁਣ ਦੋ ਰਵਾਇਤਾਂ ਮਿਲਦੀਆਂ ਨੇ, ਕਲੈਦੇ ਤੇ ਹੱਥ ਰੱਖ ਕੇ ਸੁਣਿਆ ਮੁਸਲਮਾਨ ਲੋ। ਹਜ਼ਰਤ ਜਨਾਬ ਸੁਲੇਮਾਨ ਅਲੈਹਿਸ ਸਲਾਮ ਦੀ ਇਹ ਗੱਲ ਸੁਣ ਕੇ ਉਹ ਪਰਿੰਦਾ ਹੁਦਹੁਦ ਰੋ ਕੇ ਅੱਗੋਂ ਕਹਿਣ ਲੱਗਾ, ਹਜ਼ੂਰ ਆਲੀ ਜਾ, ਮੈਨੂੰ ਜੋ ਮਰਜ਼ੀ ਕਹੋ, ਮੈਂ ਕਿਹੜਾ ਬੋਲ ਸਕਣਾ ਵਾ, ਮੈਂ ਮਹਿਕੂਮ ਆ, ਤੁਸੀਂ ਹਾਕਮ ਹੋ, ਅੱਲਾ ਨੇ ਤੁਹਾਨੂੰ ਸਿਆਦਤ ਤੇ ਸਰਦਾਰੀ ਨਾਲ ਨਵਾਜ਼ਿਆ ਹੈ। ਲੇਕਿਨ ਖੁਦਾਰਾ ਇੱਕ ਗੱਲ ਜ਼ਿਹਨ ਵਿੱਚ ਰੱਖਣਾ, ਇੱਕ ਦਿਨ ਉਹ ਆਣਾ ਹੈ ਜਦੋਂ ਸਾਰੀਆਂ ਮਖਲੂਕਾਂ ਜਿੰਜ ਮੈਂ ਤੁਹਾਡੇ ਦਰਬਾਰ ਵਿੱਚ ਖਲੋਤਾ ਵਾ, ਅੱਲਾਹ ਅਹਕਮੁਲ ਹਾਕਮੀਨ ਦੀ ਬਾਰਗਾਹ ਰਬੂਬੀਅਤ ਵਿੱਚ ਖਲੋਣਾ ਪੈਣਾ ਹੈ। ਹਜ਼ਰਤ ਸੁਲੇਮਾਨ ਨੇ ਜਦੋਂ ਇਹ ਗੱਲ ਸੁਣੀ, ਕਪਕਪੀ ਤਾਰੀ ਹੋ ਗਈ ਜਿਸਮ ਤੇ, ਲਰਜ਼ਾ ਬਰ ਅੰਦਾਮ ਹੋ ਗਈ, ਉਹਦਾ ਤਾਜ ਉਹਦੀ ਬੋਦੀ ਛੱਡ ਦਿੱਤੀ। ਪਰ ਮੈਂ ਜਾ ਜਾ, ਮੈਂ ਤੈਨੂੰ ਖੁਦਾ ਵਾਸਤੇ ਮੁਆਫ ਕਰ ਛੱਡਿਆ ਹੈ। ਹਜ਼ਰਤ ਅੱਲਾਹ ਕੋਲੋਂ ਡਰਿਆ ਕਰੋ, ਕਿਸੇ ਤੇ ਜ਼ੁਲਮ ਨਾ ਕਰਿਆ ਕਰੋ। ਵੇਖੋ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਦਾ ਕੋਈ ਇਰਾਦਾ ਹੀ ਜ਼ੁਲਮ ਨਹੀਂ ਸੀ, ਪਰ ਫਿਰ ਵੀ ਉਹਨੂੰ ਕਿਹਾ, ਜਾ ਮੈਂ ਤੈਨੂੰ ਮੁਆਫ ਕੀਤਾ। ਹੁਣ ਦੂਸਰੀ ਰਿਵਾਇਤ ਦਾ ਮਜ਼ਾ ਲੈਣਾ। ਹਜ਼ਰਤ ਮੁਫਸਰੀਨ ਕਿਰਾਮ ਲਿਖਦੇ ਨੇ, ਇਹ ਹੁਦਹੁਦ ਜਵਾਨ ਪਰਿੰਦਾ ਸੀ, ਮਗਰ ਇਹਦੇ ਬੂੜੇ ਮਾਂ ਬਾਪ ਵੀ ਇਸੀ ਲਸ਼ਕਰ ਸੁਲੇਮਾਨੀ ਦੇ ਅੰਦਰ ਮੌਜੂਦ ਸਨ। ਹੁਣ ਹਜ਼ਰਤ ਤੋਂ ਦਾਣਾ ਦੁਨਕਾ ਨਹੀਂ ਸਨ ਚੁਗ ਸਕਦੇ। ਉਹ ਹੁਦਹੁਦ ਮਾਂ ਵੀ ਬੁੱਢੀ, ਹੁਦਹੁਦ ਬਾਪ ਵੀ ਬੁੱਢਾ, ਤੇ ਇਸ ਹੁਦਹੁਦ ਨੇ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਦੇ ਕਿਤਨੇ ਵੀ ਮੁਕਰਰ ਕਰਦਾ ਫਰੀਜ਼ੇ ਤੇ ਡਿਊਟੀਆਂ ਹੋਣੀਆਂ, ਆਪਣੇ ਉਮੂਰ ਅੰਜਾਮ ਦੇਣੇ, ਅੰਜਾਮ ਦੇਣ ਤੋਂ ਬਾਅਦ ਫਿਰ ਦਾਣਾ ਦੁਨਕਾ ਚੁਗਣਾ, ਜਾਂ ਸੁਲੇਮਾਨ ਅਲੈਹਿਸ ਸਲਾਮ ਨੇ ਜਿਹੜਾ ਰਿਜ਼ਕ ਅੱਲਾਹ ਦਾ ਦਿੱਤਾ ਆ ਪੇਸ਼ ਕਰਨਾ, ਲੈਣਾ ਆਪਣੀ ਚੁੰਝ ਨਾਲ ਫਸਾ ਕੇ, ਜਾ ਕੇ ਪਹਿਲੇ ਆਪਣੀ ਮਾਂ ਨੂੰ ਖਿਲਾਣਾ, ਫਿਰ ਆਪਣੇ ਬਾਪ ਨੂੰ ਚੋਗਾ ਦੇਣਾ। ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਨੂੰ ਇਹ ਫਰਮਾਬਰਦਾਰੀ
बड़ी पसंद से जो इन गोदी तो पकड़े फरमाया अज मैं तेन छड़ना नहीं से लेकिन चूंके तू अपने मां बाप ना गुरका पहले देना है आप बाद च खाना है तेन मैं अपने वाले दैन प्यार करने की वजह को माफ किया है क्योंकि अल्लाह भी मापिया के फरमान बरदारों नाल प्यार करता है। हजरत गिरामी हुण जनाबे सुलेमान अलैहिस्सलाम ने पूछा लेकिन एक दस ए हुदहुद किथे गायब से अर्ज किया हुजूर मेरे कुल माकूल दलील जवाज है मेरे गायब होने का फरमाया कि हुदहुद बसद अदब कहंदे हुजूर अज मैं उड़दा उड़दा पानी की तलाश में बड़ी दूर निकल गया था मैं एक इलाके गया यमन का इलाका सबा शहर सबा शाही महल विच गया मैं वेखिया उठे एक औरत हुक्मरानी कर दी है औरत औरत के हाथ विच हुकूमती बाग डोरे ते फरमाया यसजुदूना हुदहुद कहंदे यसजुदूना लिशम्सी मिन दूनिल्लाह अल्लाह नू छड़ के वो लोग उस कौम दे लोग वो मलका सूरज दी परस्तिश करदे ने समझदार अहबाब नू सुनाणा मोटी मत वाले बंदियां नू ते भावें कुरान पढ़ पढ़ के सुनाइयो कहण मैं नहीं मनदा भाई ते जिहड़े सोहणी ਅਕਲ ਦੇ ਮਾਲਕ ਨੂੰ ਛੋਟੀ ਜਿਹੀ ਗੱਲ ਸੁਣਾਉਣ ਲੱਗਾ ਪਾਰਟੀ ਤੁਹਾਡੀ ਜਿਹੜੀ ਮਰਜ਼ੀ ਹੈ ਜਿਹੜਾ ਬੰਦਾ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਨਾ ਪੀਪਲਸ ਪਾਰਟੀ ਦਾ ਹੈ ਨਾ ਮੁਸਲਿਮ ਲੀਗ ਦਾ ਹੈ ਬਸ ਇਸ ਬੰਦੇ ਦੀ ਇੱਕੋ ਹੀ ਪਾਰਟੀ ਹੈ ਕਿ ਜਿਹੜੇ ਗੁਲਾਮ ਰਸੂਲullah ਦੇ ਅਸੀਂ ਗੁਲਾਮ ਉਹਨਾਂ ਦੇ ਸਾਡਾ ਦੋ ਟੋਕ ਜਿਹਾ ਫੈਸਲਾ ਹੈ ਮੁਸਤਫਾ ਦੇ ਮਲੰਗਾਂ ਦੀ ਕੋਈ ਪਾਰਟੀ ਨਹੀਂ ਸਰਕਾਰ ਨੂੰ ਛੱਡ ਕੇ ਕਿ ਜੇ ਸਰਕਾਰ ਦੀ ਨੌਕਰੀ ਕਰੇਗਾ ਫਿਰ ਅਸੀਂ ਤੇਰੇ ਪਿੱਛੇ ਪਿੱਛੇ ਹਾਂ ਹਜ਼ਰਤ ਔਰਤ ਦੀ ਸਰਬਰਾਹੀ ਤੋਂ ਸਰਕਾਰ ਨੇ ਮਨਾ ਕੀਤਾ ਕਈ ਲੋਕ ਦਲੀਲ ਪੇਸ਼ ਕਰਦੇ ਨੇ ਪੜ੍ਹੇ ਲਿਖੇ ਲੋਕ ਕਹਿੰਦੇ ਨੇ ਕੁਰਾਨ ਪਾਕ ਨੇ ਸੂਰੇ ਸਬਾ ਵਿੱਚ ਜ਼ਿਕਰ ਕੀਤਾ ਹੈ ਕਿ ਸ਼ਹਿਰੇ ਸਬਾ ਦੀ ਹਾਕਮ ਇੱਕ ਔਰਤ ਸੀ ਤੇ ਮੈਂ ਪੁੱਛਣਾ ਚਾਹਨਾ ਕਦੀ ਕੁਰਾਨ ਦੇ ਮੁਤਾਲੇ ਵਿੱਚ ਵਸਾਤ ਪੈਦਾ ਕਰਕੇ ਇਹ ਵੀ ਤੇ ਤੱਕ ਨਜ਼ਰ ਆ ਕਿ ਜਿੱਥੇ ਇਹਦੀ ਮਿਲਕੀਅਤ ਤੇ ਹਾਕਮੀਅਤ ਦਾ ਜ਼ਿਕਰ ਹੈ ਨਾਲ ਇਹ ਵੀ ਦੱਸਿਆ ਗਿਆ ਕਿ ਉਹ ਲੋਕ ਸੂਰਜ ਪ੍ਰਸਤ ਸਨ ਕਾਫਰ ਲੋਕ ਸਨ ਕਾਫਰਾਂ ਦੀ ਸਲਤਨਤ ਕੁਫਰ ਦੀ ਰਿਆਸਤ ਅੰਦਰ ਔਰਤ ਦੀ ਹਕੂਮਤ ਹੋ ਸਕਦੀ ਹੈ ਇੱਥੇ ਮੁਸਤਫਾ ਦੇ ਗੁਲਾਮ ਵਸਦੇ ਹੁਣ ਉੱਥੇ ਹਾਕਮੀਅਤ ਔਰਤ ਦੇ ਹੱਥ ਵਿੱਚ ਹੋ ਸਕਦੀ ਡਟ ਕੇ ਬੋਲੋ ਯਾਰ ਔਰਤ ਦੀ ਹਾਕਮੀਅਤ ਹੋ ਸਕਦੀ ਇਸਲਾਮਿਕ ਸੋਸਾਇਟੀ ਇਸਲਾਮੀ ਮੁਆਸ਼ਰੇ ਦੇ ਅੰਦਰ ਇਸਲਾਮੀ ਰਿਆਸਤ ਅੰਦਰ ਔਰਤ ਹੁਕਮਰਾਨ ਨਹੀਂ ਹੋ ਸਕਦੀ ਮੇਰੇ ਨਬੀ ਨੇ ਫਰਮਾਇਆ ਉਸ ਕੌਮ ਨੂੰ ਕਦੀ ਕਾਮਯਾਬੀ ਨਹੀਂ ਮਿਲ ਸਕਦੀ ਜਿੰਨਾ ਦੇ ਉਮੂਰ ਦੀ ਬਾਗਡੋਰ ਕਿਸੇ ਖਾਤੂਨ ਦੇ ਹੱਥ ਵਿੱਚ ਹੋਵੇ ਅੱਲਾ ਸਾਨੂੰ ਕੁਰਾਨ ਸਮਝਣ ਦੀ ਤੋਫੀਕ ਅਤਾ ਫਰਮਾਵੇ حضرت ਸੁਲੇਮਾਨ ਅਲੈਹਿਸ ਸਲਾਮ ਨੇ ਜਦੋਂ ਇਹ ਗੱਲ ਸੁਣੀ ਤੇ ਇੱਕ ਖਤ ਲਿਖਿਆ ਖੁਦ ਹੁਕ ਵਿੱਚੋਂ ਦੇ ਵਿੱਚ ਦਿੱਤਾ ਫਰਮਾਇਆ ਜਾ ਕੇ ਉਸ ਮਲਕਾਇ ਸਬਾ ਬਿਲਕੀਸ ਨੂੰ ਮੇਰਾ ਖਤ ਦੇ ਆ ਖੁਦ ਉੱਡਿਆ حضرت ਗਿਰਾਮੀ ਦੂਰ ਦਰਾਜ਼ ਦੇ ਇਸ ਇਲਾਕੇ ਸਬਾ ਵਿੱਚ ਪਹੁੰਚ ਗਿਆ ਸ਼ਾਹੀ ਮਹਿਲ ਰੋਸ਼ਨਦਾਨੇ ਖਾਬ ਗਾਹੇ ਬਿਲਕੀਸ ਦਾ ਵਿੱਚੋਂ ਦੀ ਪਾਰ ਹੋ ਕੇ ਇਹਨੇ ਮਲਕਾਇ ਸਬਾ ਸੁੱਤੀ ਹੋਈ ਹੈ ਕਰੀਬ ਖਤ ਰੱਖਿਆ ਜਾ ਕੇ ਇਹਨੇ ਆਪਣੀ ਸੁਰੀਲੀ ਆਵਾਜ਼ ਵਿੱਚ ਚਹਚਹਾਉਣਾ ਸ਼ੁਰੂ ਕਰ ਦਿੱਤਾ ਰੋਸ਼ਨਦਾਨ ਤੇ ਬੈਠ ਕੇ ਮਲਕਾਇ ਸਬਾ ਬਿਲਕੀਸ ਦੀ ਅੱਖ ਖੁੱਲੀ ਖਤ ਵੇਖੀ ਆ ਵੇਖ ਕੇ ਜਦੋਂ ਖੋਲਿਆ ਆਪਣੇ ਦਰਬਾਰੀਆਂ ਨੂੰ ਕਹਿੰਦੀ ਏ ਐ ਵੇਖੋ ਕਿਤਾਬੇ ਕਰੀਮ ਯਾਨੀ ਇੱਜ਼ਤ ਵਾਲਾ ਖਤ ਇੱਥੇ ਇੱਕ ਪਰਿੰਦਾ ਰੱਖ ਗਿਆ ਏ ਇਨਹੁ ਮਿਨ ਸੁਲੈਮਾਨ ਵ ਇਨਹੁ ਬਿਸਮਿਲਲਾਹਿਰ ਰਹਿਮਾਨਿਰ ਰਹੀਮ ਇਹ ਵੇਖੋ ਕਿ ਅਜੀਬੋ ਗਰੀਬ ਖਤ ਇਹ ਕਿਸੇ ਸੁਲੈਮਾਨ ਦੀ ਤਰਫੋਂ ਆਇਆ ਏ ਔਰ ਇਹਦਾ ਆਗਾਜ਼ ਬਿਸਮਿਲਲਾਹਿਰ ਰਹਿਮਾਨਿਰ ਰਹੀਮ ਤੋਂ ਕੀਤਾ ਗਿਆ ਏ ਅਕਸਰ ਬੱਚਿਆਂ ਨੂੰ ਸਵਾਲ ਪੁੱਛਿਆ ਜਾਂਦਾ ਹੈ ਕੁਰਾਨ ਕਰੀਮ ਦੀ ਉਹ ਕਿਹੜੀ ਸੂਰਾ ਸ਼ਰੀਫ ਹੈ ਜਿਹਦੇ ਵਿੱਚ ਦੋ ਮਰਤਬਾ ਬਿਸਮਿਲਲਾਹਿਰ ਰਹਿਮਾਨਿਰ ਰਹੀਮ ਪੜ੍ਹੀ ਜਾਂਦੀ ਹੈ ਇਹਦਾ ਜਵਾਬ ਸੂਰਾ ਸਬਾ ਇੱਕ ਵਾਰੀ ਆਗਾਜ਼ ਵਿੱਚ ਪੜ੍ਹੀ ਜਾਂਦੀ ਹੈ ਇੱਕ ਵਾਰੀ ਇਹਦੀ ਬਤੌਰੇ ਆਇਤ ਪੜ੍ਹੀ ਜਾਂਦੀ ਹੈ حضرت ਸੁਲੇਮਾਨ ਦਾ ਖਤ ਪੜ੍ਹ ਕੇ ਮਲਕਾ ਬਿਲਕੀਸ ਨੇ ਦਰਬਾਰੀਆਂ ਨੂੰ ਸੁਣਾਇਆ ਸੁਲੇਮਾਨ ਕਹਿੰਦਾ ਅਗਰ ਤੁਸੀਂ ਪੂਜਾ ਨਾ ਛੱਡੀ ਸੂਰਜ ਦੀ ਅਸਾਂ ਫਿਰ ਤੁਹਾਡੇ ਨਾਲ ਜਿਹਾਦ ਕਰਨ ਵਾਸਤੇ ਆ ਜਾਵਾਂਗੇ ਕਿਉਂਕਿ ਮੈਂ ਅੱਲਾ ਦਾ ਸੱਚਾ ਨਬੀ ਹਾਂ ਮਲਕਾ ਬਿਲਕੀਸ ਨੇ ਆਖਿਆ ਹੁਣ ਇਹਦਾ ਹੱਲ ਕੀ ਹੋਣਾ ਚਾਹੀਦਾ ਮਸ਼ਵਰੇ ਲਏ ਕਿ ਇਸ ਨਤੀਜੇ ਤੇ ਪਹੁੰਚੀ ਅਸਾਂ ਮਾਲ ਭੇਜਨੇ ਆ ਧਨ ਸਰ ਦੌਲਤ ਆਪਣੇ ਖੁਦਾਮ ਦੇ ਹੱਥ ਭੇਜ ਰਹੇ ਹਾਂ ਉਹ ਕੀਮਤੀ ਤਹਾਇਫ ਅਗਰ ਸੁਲੇਮਾਨ ਨੇ ਕਬੂਲ ਕਰ ਲਏ ਤੇ ਫਿਰ ਖੈਰ ਸੱਲਾ ਅਸੀਂ ਸਮਝਾਂਗੇ ਕੱਲਾ ਹੀ ਬਾਦਸ਼ਾਹ ਹੈ ਕਿ ਜੇ ਉਹਨੇ ਜਿੱਤੀ ਦੀ ਮੌਕ ਤੇ ਠੋਕਰ ਮਾਰ ਕੇ
ਸਾਡਾ ਮਾਲ ਸਾਨੂੰ ਵਾਪਸ ਭੇਜ ਦਿੱਤਾ ਤਾਂ ਸਿਰ ਦੇ ਬਲ ਤੇ ਅਸੀਂ ਜਾ ਕੇ ਉਹਨੂੰ ਨਬੀ ਮੰਨ ਲਵਾਂਗੇ ਫਿਰ ਉਹ ਅੱਲਾਹ ਦਾ ਸੱਚਾ ਨਬੀ ਹੋਵੇਗਾ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਦੇ ਦਰਬਾਰੇ ਕੁਹਰ ਬਾਰ ਦੇ ਅੰਦਰ ਖੁਦਾਮ ਆ ਗਏ ਬਿਲਕੀਸ ਦੇ ਹਜ਼ਰਤ ਗਿਰਾਮੀ ਬਿਲਕੀਸ ਨੇ ਇਮਤਿਹਾਨ ਲੈਣ ਵਾਸਤੇ ਕੁਝ ਚੀਜ਼ਾਂ ਕੱਲੀਆਂ ਮਾਲ ਕੱਲਿਆ ਨਾਲੇ ਕੁਝ ਕਨੀਜ਼ਾਂ ਤੇ ਕੁਝ ਗੁਲਾਮ ਭੇਜੇ ਗੁਲਾਮਾਂ ਨੂੰ ਔਰਤਾਂ ਵਾਲੇ ਕੱਪੜੇ ਪਵਾ ਦਿੱਤੇ ਤੇ ਕਨੀਜ਼ਾਂ ਨੂੰ ਮਰਦਾਂ ਵਾਲੇ ਕੱਪੜੇ ਪਹਿਨਾ ਦਿੱਤੇ ਮੇਕਅਪ ਦੋਵਾਂ ਦਾ ਬਦਲ ਦਿੱਤਾ ਯਾਨੀ ਉਹ ਦੂਰੋਂ ਵੇਖੀਏ ਔਰਤਾਂ ਮਰਦ ਲੱਗਣ ਤੇ ਮਰਦ ਔਰਤਾਂ ਲੱਗਣ ਤੇ ਬਿਲਕੀਸ ਨੇ ਕਿਹਾ ਇਮਤਿਹਾਨ ਲੈਣਾ ਹੈ ਕਿ ਅੱਲਾਹ ਦਾ ਨਬੀ ਹੈ ਜਾਂ ਬਾਦਸ਼ਾਹ ਹੈ ਹਜ਼ਰਤ ਪਤਾ ਚੱਲਦਾ ਕਿ ਬਿਲਕੀਸ ਦਾ ਵੀ ਇਹ ਅਕੀਦਾ ਸੀ ਨਬੀ ਉਹ ਹੁੰਦਾ ਜਿਹੜਾ ਗੈਬ ਦੀ ਖਬਰ ਦੇ ਸਕਦਾ ਅੱਛਾ ਹਜ਼ਰਤ ਦੂਸਰੀ ਗੱਲ ਤਫਸੀਰ ਦੀਆਂ ਕਿਤਾਬਾਂ ਵਿੱਚ ਆਉਂਦੇ ਨੇ ਉਹਨੇ ਇੱਕ ਬੜਾ ਖੂਬਸੂਰਤ ਮੋਤੀ ਭੇਜਿਆ ਛੋਟਾ ਜਿਹਾ ਮਣਕਾ ਬਿਲਕੁਲ ਮਾਮੂਲੀ ਜਿਹਾ ਕਹਿਣ ਲੱਗੀ ਸੁਲੇਮਾਨ ਨੂੰ ਕਿ ਉਹ ਨਾ ਜਿੰਨਾਂ ਦੀ ਮਦਦ ਲੈਣੀ ਹੈ ਨਾ ਇਨਸਾਨਾਂ ਦੀ ਮਦਦ ਲੈਣੀ ਹੈ ਇਹਦੇ ਵਿੱਚ ਸੁਰਾਖ ਕਰਨਾ ਆਰ ਪਾਰ ਇਹ ਦੋਵੇਂ ਚੀਜ਼ਾਂ ਲੈ ਕੇ ਹਜ਼ਰਤ ਖੁਦਾਮ ਪਹੁੰਚ ਗਏ ਜਦੋਂ ਮਾਲ ਪੇਸ਼ ਕੀਤਾ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਨੇ ਫਰਮਾਇਆ ਜਾਓ ਆਪਣੀ ਮਲਕਾ ਨੂੰ ਜਾ ਕੇ ਮਾਲ ਪੇਸ਼ ਕਰ ਦਿਓ ਉਹਨੂੰ ਦੱਸ ਦਿਓ ਜਿਹੜਾ ਮਾਲ ਬਤੌਰੇ ਤੋਹਫਾ ਤੂੰ ਭੇਜਿਆ ਹੈ ਨਾ ਇਹ ਦੁਨੀਆ ਤੇ ਦੁਨੀਆ ਦਾ ਮਾਲ ਗੁਲਾਮ ਬਣ ਕੇ ਸਾਡੇ ਬੂਹੇ ਤੇ 24 ਘੰਟੇ ਚੌਖਟ ਮਲ ਕੇ ਖਲੋਤਾ ਰਹਿੰਦਾ ਹੈ ਸਾਨੂੰ ਮਾਲ ਦੀ ਲੋੜ ਨਹੀਂ ਅਸੀਂ ਅੱਲਾਹ ਦੇ ਨਬੀ ਹਾਂ ਹਜ਼ਰਤ ਹੁਣ ਉਹਨਾਂ ਖੁਦਾਮ ਨੇ ਆਖਿਆ ਸਾਡੇ ਦੋ ਸਵਾਲ ਨੇ ਇੱਕ ਤੇ ਇਹਨਾਂ ਕਨੀਜ਼ਾਂ ਚੋਂ ਤੇ ਗੁਲਾਮਾਂ ਚੋਂ ਪਹਿਚਾਣੋ ਮਰਦ ਕੌਣ ਨੇ ਤੇ ਔਰਤਾਂ ਕੌਣ ਨੇ ਆਪਨੇ ਫਰਮਾਇਆ ਠੀਕ ਹੈ ਆਪਨੇ ਸਭ ਨੂੰ ਲਾਈਨ ਵਾਈਜ਼ ਖੜਾ ਕਰ ਲਿਆ ਤੇ ਟੱਬ ਰਖਵਾ ਦਿੱਤੇ ਪਾਣੀ ਦੇ ਫਰਮਾਇਆ ਹੱਥ ਧੋਵੋ ਉਹ ਸਭ ਨੇ ਹੱਥ ਧੋਤੇ ਜਿਨ੍ਹਾਂ ਨੇ ਦੋਵੇਂ ਹੱਥ ਇੰਜ ਕਰਕੇ ਇਕੱਠੇ ਧੋਤੇ ਆਪਨੇ ਫਰਮਾਇਆ ਸਾਈਡ ਤੇ ਕਰ ਦਿਓ ਮਰਦ ਜੇ ਭਾਵੇਂ ਔਰਤਾਂ ਵਾਲਾ ਮੇਕਅਪ ਹੈ ਗਿਆਟਾ ਪੇ ਮਰਦ ਜੇ ਤੇ ਜਿਨ੍ਹਾਂ ਨੇ ਇੱਕ ਹੱਥ ਦੇ ਉੱਤੇ ਦੂਸਰੇ ਨਾਲ ਪਾਣੀ ਪਾ ਕੇ ਧੋਤੇ ਫਰਮਾਇਆ ਇਹ ਔਰਤਾਂ ਨੇ ਸਾਈਡ ਤੇ ਕਰ ਦਿਓ ਹਜ਼ਰਤ ਹੁਣ ਮੋਤੀ ਦੀ ਵਾਰੀ ਆਈ ਇਹਦੇ ਚ ਸੁਰਾਖ ਕਰਨਾ ਹੈ ਹਜ਼ਰਤ ਜਨਾਬ ਸੁਲੇਮਾਨ ਅਲੈਹਿਸ ਸਲਾਮ ਨੂੰ ਪਾਬੰਦ ਕੀਤਾ ਗਿਆ ਸੀ ਨਾ ਜਿਨ੍ਹਾਂ ਦੀ ਮਦਦ ਲੈਣੀ ਹੈ ਨਾ ਇਨਸਾਨਾਂ ਦੀ ਮਦਦ ਲੈਣੀ ਹੈ ਆਪਨੇ ਦੂਸਰੀਆਂ ਮਖਲੂਕਾਂ ਨੂੰ ਜਾਨਵਰਾਂ ਨੂੰ ਮੁਖਾਤਿਬ ਕਰਕੇ ਫਰਮਾਇਆ ਹਸ਼ਰਾਤੁਲ ਅਰਜ਼ ਨੂੰ ਕੌਣ ਹੈ ਜਿਹੜਾ ਇਸ ਮੋਤੀ ਵਿੱਚ ਸੁਰਾਖ ਕਰੇ ਹਜ਼ਰਤ ਦੀਮਕ ਦਾ ਕੀੜਾ ਅੱਗੇ ਵਧਿਆ ਕਰਨ ਲੱਗਾ ਮੇਰੇ ਖੱਬੇ ਹੱਥ ਦਾ ਖੇਡ ਜੇ ਤੁਹਾਡੀਆਂ ਜੁੱਤੀਆਂ ਦਾ ਸਦਕਾ ਇਹ ਕੰਮ ਮੈਂ ਕਰਾਂਗਾ ਆਪਨੇ ਫਰਮਾਇਆ ਕਰ ਉਹਨੇ ਲਿਆ ਇੱਕ ਪਤਲਾ ਜਿਹਾ ਬਾਲ ਆਪਣੇ ਮੂੰਹ ਵਿੱਚ ਦੀਮਕ ਦੇ ਕੀੜੇ ਨੇ ਮਾਰੀ ਛਾਲ ਮੋਤੀ ਦੇ ਇੱਕ ਪਾਸੋਂ ਸੁਰਾਖ ਕਰਨਾ ਸ਼ੁਰੂ ਕੀਤਾ ਦੂਸਰੇ ਪਾਸੋਂ ਨਿਕਲ ਆਇਆ ਹਜ਼ਰਤ ਸੁਲੇਮਾਨ ਨੇ ਮੋਤੀ ਰੱਖਿਆ ਖਾਦਮ ਦੇ ਹੱਥ ਉੱਤੇ ਆਪਨੇ ਉਸ ਦੀਮਕ ਦੇ ਕੀੜੇ ਨੂੰ ਪੁੱਛਿਆ ਤੇਰੀ ਖਿਦਮਤ ਸਾਨੂੰ ਬੜੀ ਪਸੰਦ ਆਈ ਹੈ ਮੰਗ ਦਰਬਾਰੇ ਨਬੂਵਤ ਲੱਗਾ ਹੈ ਜੋ ਮੰਗੇਗਾ ਦੇ ਦਿੱਤਾ ਜਾਏਗਾ ਕਿਉਂਕਿ ਦਰਬਾਰੇ ਨਬੂਵਤ ਦਾ ਹਮੇਸ਼ਾ ਕਨੈਕਸ਼ਨ ਦਰਬਾਰੇ ਖੁਦਾ ਨਾਲ ਹੁੰਦਾ ਹੈ ਦੀਮਕ ਦਾ ਕੀੜਾ ਕਹਿੰਦਾ ਹਜ਼ੂਰ ਕੀ ਮੰਗੀਏ ਸਭ ਕੁਝ ਬਿਨਾਂ ਮੰਗਿਆ ਹੀ ਮਿਲਿਆ ਹੈ ਹਾਂ ਇੱਕ ਚੀਜ਼ ਦੇ ਦਿਓ ਮੇਰਾ ਰਿਜ਼ਕ ਦਰਖਤਾਂ ਤੇ ਰੱਖ ਦਿਓ ਆਪਨੇ ਫਰਮਾਇਆ ਜਾ ਅੱਜ ਤੋਂ ਬਾਅਦ ਜਿੱਥੇ ਲੱਕੜੀ ਹੋਵੇਗੀ ਉੱਥੇ ਤੂੰ ਵੀ ਹੋਵੇਂਗਾ ਹਜ਼ਰਤ ਗਿਰਾਮੀ ਜਨਾਬ ਸੁਲੇਮਾਨ ਅਲੈਹਿਸ ਸਲਾਮ ਨੇ ਚੀਜ਼ਾਂ ਵਾਪਸ ਕਰ ਦਿੱਤੀਆਂ ਲੈ ਕੇ ਖੁਦਾਮ ਵਾਪਸ ਗਏ ਮਲਕਾ ਬਿਲਕੀਸ ਨੂੰ ਜਦੋਂ ਇਹ ਚੀਜ਼ਾਂ ਮਿਲੀਆਂ ਜਵਾਬ ਮਿਲੇ ਆਪਣੀਆਂ ਗੱਲਾਂ ਦੇ ਮਾਲ ਵਾਪਸ ਮਿਲ ਗਿਆ ਮਲਕਾ ਨੇ ਆਪਣੇ ਦਰਬਾਰੀਆਂ ਨੂੰ ਕਿਹਾ ਚੱਲੋ ਚੱਲੋ ਬਈ ਜਲਦੀ ਜਲਦੀ ਤਿਆਰੀ ਕਰ ਲਓ ਮਲਕਾ ਇਹ ਸਭਾ ਬਿਲਕੀਸ ਕਹਿੰਦੀ ਹੈ ਅਸਾਂ ਜਾ ਕੇ ਉਸ ਨਬੀ ਦਾ ਕਲਿਮਾ ਪੜਨਾ ਮਾਲ ਨੂੰ ਠੁਕਰਾਉਣਾ ਦੱਸਦਾ ਹੈ ਮੋਤੀ ਵਿੱਚ ਸੁਰਾਖ ਕਰਨਾ ਦੱਸਦਾ ਹੈ ਗੈਬ ਦੀ ਖਬਰ ਦੇਣਾ ਦੱਸਦਾ ਉਹ ਅੱਲਾਹ ਦਾ ਸੱਚਾ ਨਬੀ ਹੈ ਹਜ਼ਰਤ ਹੁਣ ਮੈਂ ਗੁਫ਼ਤਗੂ ਨੂੰ ਜਲਦੀ ਨਾਲ ਮੁਕਾਉਣਾ ਚਾਹਾਂਗਾ ਵਕਤ ਮੇਰੇ ਕੋਲ ਥੋੜਾ ਹੈ ਲੇਕਿਨ ਗੱਲਾਂ ਮੇਰੇ ਕੋਲ ਬਹੁਤ ਜ਼ਿਆਦਾ ਨੇ ਮੈਂ ਕੂਸੇ ਚ ਦਰਿਆ ਬੰਦ ਕਰਨ ਦਾ ਇਰਾਦਾ ਰੱਖਣਾ ਵਾ ਇਧਰੋਂ ਮਲਕਾ ਬਿਲਕੀਸ ਨੇ ਆਪਣੇ ਖਾਦਮਾਂ ਤੇ ਸਿਪਾਹੀਆਂ ਨੂੰ ਨਾਲ ਲਿਆ ਹਜ਼ਰਤ ਗਿਰਾਮੀ ਜਿਸ ਤਖਤ ਦੇ ਉੱਤੇ ਬਿਲਕੀਸ ਬੈਠਦੀ ਹੈ ਸੱਤ ਕਮਰੇ ਨੇ ਕਮਰਾ ਦਰ ਕਮਰਾ ਸੱਤਵੇਂ ਕਮਰੇ ਦੇ ਅੰਦਰ ਮੋਤੀਆਂ ਤੇ ਹੀਰਿਆਂ ਨਾਲ ਚੜਿਆ ਹੋਇਆ ਇਹਦਾ ਉਹ ਮਣਾ ਵਜ਼ਨੀ ਤਖਤ ਪਿਆ ਹੋਇਆ ਹੈ ਸੱਤਾਂ ਦਰਵਾਜ਼ਿਆਂ ਦੇ ਮੂੰਹਾਂ ਤੇ ਤਾਲੇ ਲਾ ਕੇ ਪਹਿਰੇਦਾਰ ਖੜੇ ਕਰ ਦਿੱਤੇ ਇਧਰੋਂ ਮਲਕਾ ਬਿਲਕੀਸ ਨਿਕਲੀ ਹੈ ਹਜ਼ਰਤ 1500 ਮੀਲ ਦਾ ਫਾਸਲਾ ਹੈ ਦਰਮਿਆਨ ਅੰਦਰ ਇਹਨਾਂ ਨੇ 1494 ਦਾ ਫਾਸਲਾ ਤੈਅ ਕਰ ਲਿਆ 1494 ਮੀਲ ਦਾ ਫਾਸਲਾ ਤੈਅ ਕਰ ਲਿਆ ਦੋ ਫਰਸਾ ਯਾਨੀ 6 ਮੀਲ ਦਾ ਫਾਸਲਾ ਬਾਕੀ ਰਹਿ ਗਿਆ ਇੱਕ ਦਰਬਾਰੀ ਦੌੜ ਕੇ ਆਇਆ ਕਹਿਣ ਲੱਗਾ ਜੀ ਇਤਲਾਹ ਆਈ ਹੈ ਪਿਆਰੇ ਸੁਲੇਮਾਨ ਅਲੈਹਿਸ ਸਲਾਮ ਇਤਲਾਹ ਆਈ ਹੈ ਕਿ ਮਲਕਾ ਸਭਾ ਆਪਣੇ ਖਾਦਮਾਂ ਤੇ ਨੌਕਰਾਂ ਤੇ ਦਰਬਾਰੀਆਂ ਤੇ ਵਜ਼ੀਰਾਂ ਮੁਸ਼ੀਰਾਂ ਨੂੰ ਲੈ ਕੇ ਤੁਹਾਡਾ ਕਲਿਮਾ ਪੜਨ ਲਈ ਆ ਗਈ ਹੈ
ਹੁਣ ਅੱਲਾ ਦਾ ਕੁਰਾਨ ਸੁਣਨਾ ਜ਼ਰਾ 19ਵਾਂ ਪਾਰਾ ਸੂਰਤ ਨਮਲ ਆਇਤ ਨੰਬਰ 38 ਕਾਲ ਯਾ ਅਯੂਹਲ ਮਲਾਉ ਅਯੂਕੁਮ ਯਅਤੀਨੀ ਬੀ ਅਰਸ਼ਿਹਾ ਅਬਲ ਅਯਤਨੇ ਮੁਸਲਿਮੀ ਖੁਸ਼ ਹੋ ਕੇ ਬੋਲ ਛੱਡੋ ਸੁਭਾਨ ਅੱਲਾ ਅੱਲਾ ਦੇ ਪਿਆਰੇ ਨਬੀ ਦੀ ਕਚਹਿਰੀ ਲੱਗੀ ਹੋਈ ਹੈ ਆਪ ਨੇ ਫਰਮਾਇਆ ਦਰਬਾਰੀਏ ਮਲਕਾ ਸਬਾ ਬਿਲਕੀਸ ਰਾਣੀ ਤੁਰ ਪਈ ਹੈ ਸਾਡੇ ਮਹਿਲ ਤੱਕ ਪਹੁੰਚਣ ਵਿੱਚ ਉਹਨੂੰ 6 ਮੀਲ ਦਾ ਫਾਸਲਾ ਰਹਿ ਗਿਆ ਹੈ ਇੱਕ ਰਿਵਾਇਤ ਦੇ ਮੁਤਾਬਕ 3 ਮੀਲਾਂ ਦਾ ਫਾਸਲਾ ਰਹਿ ਗਿਆ ਹੈ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਨੇ ਫਰਮਾਇਆ ਕੌਣ ਹੈ ਜਿਹੜਾ ਬਿਲਕੀਸ ਤੇ ਉਹਦੇ ਮੰਨਣ ਵਾਲੇ ਉਹਦੇ ਨੌਕਰ ਚਾਕਰ ਉਹਦੇ ਵਜ਼ੀਰ ਮੁਸ਼ੀਰ ਉਹਦੀ ਫੌਜ ਦੇ ਸਾਡੇ ਮਹਿਲ ਦੇ ਅੰਦਰ ਪਹੁੰਚਣ ਤੋਂ ਪਹਿਲੇ ਪਹਿਲੇ ਉਹਦਾ ਤਖਤ ਸਾਡੇ ਦਰਬਾਰ ਵਿੱਚ ਲੈ ਆਵੇ ਇੱਥੇ ਕਈ ਅਕਲ ਦੇ ਅੰਨੇ ਆਪਣੇ ਆਪ ਨੂੰ ਮੁਫਸਰ ਸਮਝਣ ਵਾਲੇ ਤਫਸੀਰ ਕਰਦੇ ਨੇ ਕਹਿੰਦੇ ਨੇ ਨਹੀਂ ਉਸ ਤਖਤ ਦੀ ਗੱਲ ਨਹੀਂ ਸੀ ਕੀਤੀ ਸੁਲੇਮਾਨ ਦਾ ਮਤਲਬ ਇਹ ਸੀ ਕਿ ਨਵਾਂ ਤਖਤ ਜਲਦੀ ਨਾਲ ਕੌਣ ਬਣਾਏਗਾ ਤੇ ਜਿੰਨੇ ਆਖਿਆ ਮੈਂ ਬਣਾਵਾਂਗਾ ਅੱਛਾ ਸਾਨੂੰ ਬੁੱਧੂ ਸਮਝਣਾ ਹੈ ਅੱਲਾ ਦਾ ਕੁਰਾਨ ਵਜ਼ਾਹਤ ਪੇਸ਼ ਕਰ ਰਿਹਾ ਬੇ ਅਰਸ਼ਹਾ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਨੇ ਫਰਮਾਇਆ ਹਾਂ ਜ਼ਮੀਰ ਮੁਅੰਨਸ ਦੀ ਗਾਇਬ ਦੀ ਇਸ਼ਾਰਾ ਕਿਹਦੇ ਵੱਲੇ ਬਿਲਕੀਸ ਵੱਲ ਫਰਮਾਇਆ ਉਹਦਾ ਤਖਤ ਕੌਣ ਲਿਆਏਗਾ ਤੇ ਉਹਦਾ ਤਖਤ ਇੱਥੇ ਤੇ ਨਹੀਂ ਸੀ ਨਾ ਉਹਦੇ ਆਪਣੇ ਦਰਬਾਰ ਵਿੱਚ ਸੀ ਦਰਮਿਆਨ ਵਿੱਚ 1500 ਮੀਲਾਂ ਦਾ ਫਾਸਲਾ ਹੈ ਹਜ਼ਰਤ ਸੁਲੇਮਾਨ ਨੇ ਫਰਮਾਇਆ ਕੌਣ ਹੈ ਜਿਹੜਾ ਉਹਦੇ ਇੱਥੇ ਪਹੁੰਚਣ ਤੋਂ ਪਹਿਲੇ ਪਹਿਲੇ ਤਖਤ ਲੈ ਆਵੇ ਆਇਤ ਨੰਬਰ 39 ਸੁਣਨਾ ਜ਼ਰਾ ਕਾਲ ਇਫਰੀਤੁਮ ਮਿਨਲ ਜਿੰਨ ਅਨ ਆਤੀ ਕਬਹਿ ਕਬਲ ਅਨ ਤਕੂਮ ਮਿਨ ਮਕਾਮਿਕ ਵਇਨੀ ਅਲੈਹਿ ਲਕਵੀਤੁਲ ਅਮੀਨ ਬੋਲੇ ਤੁਸੀਂ ਉਧਾਰ ਕਰ ਜਾਓ ਰਾਤ ਨੂੰ ਸੁਭਾਨ ਅੱਲਾ ਕਹਿ ਲਿਓ ਹਜ਼ਰਤ ਇਫਰੀਤ ਉੱਠਿਆ ਵੱਡਾ ਸਾਰਾ ਖਬੀਸ ਜਿੰਨ ਕਹਿੰਦਾ ਮੈਂ ਇਹ ਫਰੀਜ਼ਾ ਅੰਜਾਮ ਦੇਵਾਂਗਾ ਹਜ਼ਰਤ ਸੁਲੇਮਾਨ ਦੇ ਚਿਹਰੇ ਤੇ ਇਬਤਿਸਾਮ ਮੈਂ ਕਿੰਨੀ ਦੇਰ ਲਾਵੇਂਗਾ ਕਹਿੰਦਾ ਕਬਲ ਅਨ ਤਕੂਮ ਮਿਨ ਮਕਾਮਿਕ ਤੁਸੀਂ ਆਪਣੀ ਮਜਲਿਸ ਬਰਖਾਸਤ ਕਰੋਗੇ ਕਿੱਥੇ ਬੈਠੇ ਹੋ ਆਪਣੀ ਕਚਹਿਰੀ ਬਰਖਾਸਤ ਕਰਕੇ ਉੱਠੋਗੇ ਤੇ ਤਖਤ ਤੁਹਾਡੇ ਕਦਮਾਂ 'ਚ ਹਾਜ਼ਰ ਹੋਵੇਗਾ ਰਾਤ ਜਨਾਬੇ ਸੁਲੇਮਾਨ ਅਲੈਹਿਸ ਸਲਾਮ ਦਾ ਤਖਤ ਜਨਾਬੇ ਸੁਲੇਮਾਨ ਦੀ ਕਚਹਿਰੀ ਲੱਗਦੀ ਹੁੰਦੀ ਸੀ ਅਦਾਲਤ ਲੱਗਦੀ ਹੁੰਦੀ ਸੀ ਨਮਾਜ਼ ਫਜਰ ਤੋਂ ਜ਼ੋਰ ਵੇਲੇ ਤੱਕ ਯਾਨੀ ਅੱਧੇ ਦਿਨ ਦੀ ਇਹਨੇ ਮੌਲਤ ਮੰਗੀ ਹਜ਼ਰਤ ਸੁਲੇਮਾਨ ਨੇ ਨਬੀ ਦੇ ਛੱਤੇ ਰਲਾਇਆ ਫਰਮਾਇਆ ਨਹੀਂ ਮੈਨੂੰ ਇਸ ਤੋਂ ਵੀ ਪਹਿਲੇ ਦਰਕਾਰ ਹੈ ਹੁਣ ਜੁਮਲਾ ਸੁਣੀ ਗੌਸੇ ਆਜ਼ਮ ਨਾਲ ਪਿਆਰ ਕਰਨ ਵਾਲੇ ਆ ਗੌਸੇ ਆਜ਼ਮ ਦੀ ਸ਼ਾਨ ਤੇ ਅਗਰ ਕੋਈ ਦਲੀਲ ਮੰਗੇ ਕੁਰਾਨ ਦੀ ਇਹ ਆਇਤ ਪੇਸ਼ ਕਰੀ ਦਾਤਾ ਅਲੀ ਹਜਰੇਰੀ ਨਾਲ ਪਿਆਰ ਕਰਨ ਵਾਲੇ ਆ ਤੇਰੇ ਦਾਤਾ ਦੀ ਸ਼ਾਨ ਵਿੱਚ ਕੋਈ ਬੰਦਾ ਦਲੀਲ ਮੰਗੇ ਕੁਰਾਨ ਦੀ ਇਹ ਆਇਤ ਪੜੀ ਪੀਰ ਮਿਹਰੇ ਅਲੀ ਸ਼ਾਹ ਨੂੰ ਮੰਨਣ ਵਾਲੇ ਆ ਇਮਾਮ ਅਹਿਮਦ ਰਜ਼ਾ ਖਾਨ ਨੂੰ ਮੰਨਣ ਵਾਲੇ ਆ ਬਾਬਾ ਫਰੀਦੁਦੀਨ ਗੰਜੇ ਸ਼ਕਰ ਨੂੰ ਮੰਨਣ ਵਾਲੇ ਆ ਉਹ ਗਾਜ਼ੀ ਇਲਮੁਦੀਨ ਸ਼ਹੀਦ ਨੂੰ ਮੰਨਣ ਵਾਲੇ ਆ ਗਾਜ਼ੀ ਮੁਮਤਾਜ਼ ਹੁਸੈਨ ਕਾਦਰੀ ਨੂੰ ਮੰਨਣ ਵਾਲੇ ਆ ਓਏ ਖਾਜਾ ਮੁਈਨੁਦੀਨ ਚਿਸ਼ਤੀ ਅਜ ਮੇਰੀ ਨੂੰ ਮੰਨਣ ਵਾਲਿਆ ਮੁਸਤਫਾ ਦੀ ਜ਼ੁਲਫ ਦੇ ਅਸੀਰ ਉਵੈਸੇ ਕਰਨੀ ਨੂੰ ਮੰਨਣ ਵਾਲਿਆ ਸੁਣੀ ਦਲੀਲ ਹਜ਼ਰਤ ਗਿਰਾਮੀ ਜੀ ਤੋਂ ਜਿੰਨ ਨੇ ਇੰਨੀ ਗੱਲ ਆਖੀ ਆਪਨੇ ਫਰਮਾਇਆ ਬਹਿ ਜਾ ਤੂੰ ਅਮਾਨਤਦਾਰ ਹੈ ਠੀਕ ਹੈ ਤੇਰੀ ਗੱਲ ਸਹੀ ਹੈ ਤੂੰ ਇੱਕ ਕੇਲੇ ਦੀ ਘੱਟ ਨਹੀਂ ਹੁਣ ਦੇਵੇਂਗਾ ਤੇ ਲੈ ਆਵੇਂਗਾ ਪਰ ਸਾਨੂੰ ਇਹ 12 ਨਹੀਂ ਉਹ ਖਾਂਦਾ ਅਸੀਂ ਇਸ ਤੋਂ ਪਹਿਲੇ ਵੀ ਚਾਹੁੰਦੇ ਹਾਂ ਇੱਥੇ ਆ ਜਾਵੇ ਹਜ਼ਰਤ ਅੱਲਾ ਦਾ ਕੁਰਾਨ ਸੁਣਨਾ 19ਵਾਂ ਪਾਰਾ ਸੂਰਤ ਨਮਲ ਆਇਤ ਨੰਬਰ 40 ਕਾਲ ਲਜ਼ੀ ਇੰਦਹ ਇਲਮ ਮਿਨਲ ਕਿਤਾਬ ਅਨ ਆਤੀ ਕਬਹ ਕਬਲ ਅਯਰ إليك طرفك فلما رآه مستفزا عنده قال هذا من فضل ربي ليبلغني أأشكر أم أكفر ومن شكر فإنما يشكر لنفسه ومن كفر فإن ربي غني كريم
आपने फरमाया जिन्न बैठ जा हूं हजरात जिन्न बैठा हो आपने फरमाया होर कौन है तो जिहड़ा एक काम कर सकता है अगर तुसी कहो तो काम मैं ना कर देवा हजरत सुलेमान अलैहिस्सलाम ने फरमाया चल तू कर कितनी देर लगा के करेगा कितनी देर लगा के करेगा अगों आसिफ बिन बरखिया मुस्कुरा के कहंदे देर की लानी हुजूर अबला अन आती कबे अबला अन जर तरत इलैका तरफ कल्ला दा कुरान अर्ज की तहजे बस तुसी अपने प्यार भरे नबुवत वाले ने बंद करोगे फिर खोलोगे तख्त तुहाडे कोल होवेगा चपकन तो पहले लै आवांगा हजरत सुलेमान अलैहिस्सलाम नबी ने हजरत नबी की ताकत नबुव्वत की ताकत विलायत नालों करोड़ा नहीं अरबा खरबा गुणे बहुती होंगी है हजरत सुलेमान का उम्मत ही जे काम कर हजरत सुलेमान का गदा सहाबी इस उम्मत का वली कहंदा आका तुसी अख बंद करो खुले दी ते तख्त तुहाडे कदमां विच मौजूद होवेगा हजरत जनाब सुलेमान ने अख बंद कीती जुमला सुने फलम्मा राहो मुस्तकिरन इंदहे हजरत सुलेमान ने अखां बंद कीतियां बंद करके खोलियां तख्त कदमां विच मौजूद पिया है कल हाजा अपनी जान का ही भला किया है ना अपने वास्ते शुक्र किया मेरा रब बेनियाज भी जे करामतां ते इज्जतां वाला भी जे हजरत गिरामी सुलेमान अलैहिस्सलाम दा ए उम्मती एडी ताकत रखदा है कि अख बंद करके खोली जाए 1500 मील दा फासला है मना वजनी तख्ते यानी ए अल्लाह दा वली गया भी है ते चुक के लै भी आया है चुक के लै भी आया है आने वाहिद विच एक सेकंड भी नहीं लगा हजरत जी हजरत सुलेमान अलैहि सलाम दे उम्मती दा एक कमाल है ते जिहदा कलमा सुलेमान भी पढ़दे ने जिहदा नाम अंगूठी ते हजरत सुलेमान दी अंगूठी ते जिहदा नाम रब ने लिख के भेजा है ते हजरत सुलेमान अलैहि सलाम दीआं सारीआं अजमतां इस अंगूठी दे सदके ने ओ नामे मुहम्मद वाला सोहणा ओहदे उम्मतियां दे कमालात ते इजाजात और करामात दा आलम की होवेगा हजरत आली वकार जनाब सुलेमान अलैहिस्सलाम दी बारगाह च मलका सबा आ गई उन्हें आंदी आई तख्त वेख्या कहण लगी ते मेरा ही लगदा है आपने फरमाया लगदा नहीं है आई तेरा है हजरत रूप तारी हो गया नबुव्वत दा फिर मुख्तसरन एक गल और सुना देवा हजरत सुलेमान अलैहिस्सलाम ने एक बेहतरीन किस्म दा फर्श बनाया सी शीशे दा पूरा महल शीशे दा फर्श भी शीशे दा शीशे दे फर्श दे थल्ले पानी पानी दे विच मछलियां तैर रही ने मलका सबा ने देखिया उन्हें अपनी पिंडलियां तो कपड़ा उठा के टोंग के कुरान दे लफ्ज ने हजरत
पिंडलियां तो पाई चे टंग के ते विच वड़न दी कोशिश की थी। सुलेमान अलैहि सलाम ने मुस्कुरा के फरमाया, बीबी ये पानी नहीं, ये शीशे दा फर्श है बलौर दा। थोड़ी जी खिफत भी उठानी पई, लेकिन वो समझ गई कि ये नबुव्वत दा रोब है जड़ा मेरे ते तारी है। हजरत फिर किस्सा मुख्तसर, हजरत सुलेमान अलैहि सलाम दी बारगाह चो दलीलां मिलियां नबुव्वत दियां, कलिमा पढ़ के सारे लोग मुसलमान हो गए। हुण आखरी गल है, हजरत सुलेमान अलैहि सलाम दी आ गया वफात दा वेला। मैं अखीर ते शाने सहाबा दे उनवान ते एक गल पढ़नी है, पर पहले आ गल सुन लो। हजरत अल्लाह दा कुरान दसदा है सूरह सबा दी आयत नंबर 14, फलम्मा कदैना अलैहिल मौत मा दल्लहुम अला मौतिहि इल्ला दाबतुल अर्दी تأكل من ساعته فلما خرت بجنت الجن اللو كانوا يعلمون الغيب ما لبثوا في العذاب المهين। اللہ دا قرآن سن کے سینے ٹھنڈ پہ گئی ہے تے بول دیو سبحان اللہ۔ हजरत सुलेमान अलैहिस्सलाम लाठी का सहारा लैके खलोते ने, जिन्होंने हुक्म दिता है मस्जिद बैतुल मुकद्दस यानी मस्जिद हराम की तामीर करो। वैसे जिन्नात कई कई महीनों का काम घंटिया च कर देंदे सन, पर प्रोजेक्ट बहुत वड्डा सी। हजरत सुलेमान अलैहिस्सलाम ने फरमाया कि शाहजहान ने शान तरीके नाल बनाना है, सारा नक्शा सारा कुछ समझा दिता। हजरत जिन्नात का एक तवहम सी, कहंदे सन लोगों नूं इंसानां नूं जाके फरिश्तियां दी गल्लां सुणा हुंदे आ। हुण अल्लाह दी इहदे विच हिकमत सी, इहनां नूं समझाणी सी इह गल कि तुसीं आलमुल गैब ज़ाती तौर ते नहीं, अगर कोई चीज़ तुहानूं पता लग जांदी है तो उहदे विच साडा अपना इरादा हुंदा है। हज़रत जनाबे सुलेमान अलैहि सलाम ने अपने असा दा सहारा लिया ते महवे नमाज ने महवे इबादत ने हज़रत अल्लाह करीम जल्ला शानुहु ने इज़राइल नूं भेजिया, रूह कबज़ हो गई, हज़रत सुलेमान अलैहि सलाम दा विसाल हो गया, लाठी दे उत्ते ही आपदा जिसम टिकिया होया, ना इधर नू डोले ना इधर नू डोले। हजरत एक दिन गुजर गया, दो दिन गुजर गए, तीन दिन गुजर गए, जिन जदों वेखदे ने बाबा जी ते भाई कायम खलोते ने, जल्दी जल्दी अपना काम फिर करना शुरू कर देंदे ने, डरदे ने। हजरत हफ्ता गुजर गया, जिन वेखदे रहे हजरत सुलेमान खलोते ने, वो अपना काम करते रहे, तमीर मुकम्मल हुंदी रही। हुण इत्थे एक बहुत बड़ा नुक्ता भी पेश करांगा, पर हर बंदे नूं समझ नहीं आउणी, जिहड़े हजरत तशज्जो और तसन्नुम दा फर्क जानदे ने उहनां बंदिआं नूं नुक्ता देण लगा। महीना गुजर गया, दो महीने, तीन महीने, चार महीने, अल्लाह की हिकमत की सी ताकि बैतुल मुकद्दस मस्जिद हराम पूरी बन जाए, छे महीने गुजर गए। पट्टी साहब नबी दी तदफीन विच छे महीने रब ने देर करवा दी, तेनू पता ही नहीं मैं की कह गया। नबी दी तकफीर विच छे महीने, छे महीने रब ने देर करवा दी। जे मुस्तफा दे सहाबा बेचारे गम नाल निढाल देर करन ते तू तानिया दे तीर चलाना, कर रब ते इतराज। पता चलिया चंगे काम दी नियत नाल नबुव्वत वाले वजूद दी तदफीन विच ताखीर करवा देना सुन्नत इलाही है, लेकिन नियत चंगी होवे। हजरत गिरामी इधरों बैतुल मामूर तामीर हो, बैतुल मुकद्दस तामीर हो के मुकम्मल हो गया, इधरों अल्लाह करीम ने दीमक नु हुक्म दिता सी, इहदे विच वी हिकमत सी। दीमक ने हजरत सुलेमान दी लाठी नु अंदरों अंदरों खाना शुरू कर दिता, चटना शुरू कर दिता, लाठी अंदरों खोखली हो गई। छे महीने गुजर गए, लाठी टुट गई थले, हजरत सुलेमान दा वजूद थले। हवंकां दी तरह जिन इकट्ठे होके सोच ले, ओ बाबा जी दा ते विसाल होए नहीं, कई दिन हो गए ने, सानू पता ही नहीं लगा, साडे दावे बातिल हो गए। असीं ते कहने सां असीं इल्मे गैब रखने आ, सानू ते अल्लाह ने नसीहत दित्ती है, सानू की पता लग सकिया। आली वकार हजरत हुण इस गल विचों और भी नुक्ते मिले, अल्लाह दा कुरान बयान कर दई, कीमत ने सोटी खा लई, ओए सोटी दे करीब हजरत सुलेमान दे पैर भी ने, पैर भी ने, जुत्तियां दा ताल्लुक जमीन नाले, पर कीमत दी चुर्रत नहीं नबी दे पैरां ते चढ़ सके, कीमत दी चुर्रत नहीं नबी दे कपड़ियां नूं भी छू सके। छे महीने गुजर गए, ना नबी दा लिबास गंदा होया, ना नबी दा लिबास गलिया, ना नबी दा लिबास फटिया, ना नबी दा वजूद फटिया, ना नबी दा वजूद नऊज़ु बिल्ला। वैसे ते हजारां साल भी कबर च पिया रहे ते फट नहीं सकदा, मैं वैसे समझा रहा, छे महीने
ਮਹੀਨਿਆਂ ਤੱਕ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਨਬੂਵਤ ਵਾਲਾ ਵਜੂਦ ਰਿਹਾ, ਨਾ ਗਲਿਆ ਨਾ ਸੜਿਆ ਨਾ ਤਾਫਨ ਉੱਠਿਆ ਨਾ ਉਜਵੇਲਾ। ਆਲੀ ਵਕਾਰ ਹਜ਼ਰਤ ਹਜ਼ਰਤ ਜਨਾਬੇ ਸੁਲੇਮਾਨ ਅਲੈਹਿਸ ਸਲਾਮ ਦੇ ਵਜੂਦ ਨੂੰ ਅੱਲਾ ਨੇ ਮਹਿਫੂਜ਼ ਕਰਕੇ ਦੱਸ ਦਿੱਤਾ, ਅੱਲਾ ਦੇ ਪਿਆਰੇ ਨਬੀ ਕਿਆਮਤ ਤੱਕ ਆਪਣੀਆਂ ਕਬਰਾਂ ਵਿੱਚ ਸਹੀ ਹੋ ਸਾਲਮ ਰਹਿਣ ਵਾਲੇ ਨੇ। ਆਲੀ ਵਕਾਰ ਹਜ਼ਰਤ ਜਨਾਬੇ ਸੁਲੇਮਾਨ ਅਲੈਹਿਸ ਸਲਾਮ ਦੀ ਗੱਲ ਖਤਮ ਹੋ ਗਈ, ਤਜ਼ਕਿਰਾ ਖਤਮ ਹੋ ਗਿਆ, ਆਪ ਦਾ ਵਿਸਾਲ ਹੋ ਗਿਆ। ਇਨਾ ਲਿਲਾਹਿ ਵਾ ਇਨਾ ਇਲੈਹਿ ਰਾਜਿਊਨ। ਮੇਰਾ ਦਾਵਾ ਇਹ ਵੇ ਉਹ ਇੱਥੇ ਅੱਲਾ ਦਾ ਪਿਆਰਾ ਨਬੀ ਹੈ ਨਾ, ਨਬੀਆਂ ਦੇ ਸੱਚੇ ਗੁਲਾਮਾਂ ਨੂੰ ਵੀ ਨਾ ਦੀਮਕ ਖਾਂਦੀ ਏ ਨਾ ਜ਼ਮੀਨ ਖਾਂਦੀ ਏ, ਨਾ ਦੀਮਕ ਖਾਂਦੀ ਏ ਨਾ ਜ਼ਮੀਨ ਦੀ ਮੱਟੀ ਖਾਂਦੀ ਏ। ਨਹੀਂ ਉਹ ਯਕੀਨ ਆਂਦਾ ਉਠਾ ਸਹੀ ਬੁਖਾਰੀ ਸ਼ਰੀਫ ਕਿਤਾਬੁਲ ਜਨਾਇਜ਼ ਸ਼ਾਨੇ ਸਹਾਬਾ ਦੀ ਆਖਰੀ ਜੁਮਲਾ ਤੇ ਸ਼ੇਰ ਤੇ ਤਕਰੀਰ ਮੁੱਕ ਗਈ। ਹਜ਼ਰਤ ਜਨਾਬੇ ਸੈਯਦੁਨਾ ਉਰਵਾ ਕਹਿੰਦੇ ਨੇ ਵਲੀਦ ਬਿਨ ਅਬਦੁਲ ਮਲਿਕ ਦਾ ਦੌਰ ਆ ਗਿਆ, ਜਿੱਥੇ ਸਰਕਾਰੇ ਦੋ ਆਲਮ ਅਲੈਹਿਸ ਸਲਾਮ ਇਸਤਰਾਹਤ ਫਰਮਾਨੇ। ਇਸ ਹੁਜਰੇ ਦੀ ਇੱਕ ਦੀਵਾਰ ਟੁੱਟ ਗਈ, ਸ਼ਹੀਦ ਹੋ ਗਈ, ਡਿੱਗ ਪਈ। ਹਜ਼ਰਤ ਗਿਰਾਮੀ ਅਚਾਨਕ ਇੱਕ ਦੀਵਾਰ ਦੇ ਨਾਲ ਹੀ ਕਬਰਾਂ ਨੇ ਨਾ ਹਜ਼ਰਤ ਕਬਰ ਵਿੱਚੋਂ ਇੱਕ ਪੈਰ ਨੰਗਾ ਹੋ ਕੇ ਸਾਹਮਣੇ ਆ ਗਿਆ। ਦੌਰ ਵਲੀਦ ਬਿਨ ਅਬਦੁਲ ਮਲਿਕ ਦਾ ਤੇ ਕਦਮ ਕਦਮ ਸਾਹਮਣੇ ਆ ਗਿਆ। ਜਿਸ ਤਰ੍ਹਾਂ ਤੂੰ ਕਹਿੰਦਾ ਉਸ ਹਿਸਾਬ ਨਾਲ ਤੇ ਅੱਠਾਂ ਦਸਾਂ ਦਿਨਾਂ ਚ ਇਨਸਾਨ ਕਬਰ ਵਿੱਚ ਖਤਮ ਹੋ ਜਾਂਦਾ, ਪਰ ਹਜ਼ਰਤ ਸਾਲ ਹਾ ਸਾਲ ਵਕਤ ਗੁਜ਼ਰਦਾ ਰਿਹਾ ਇਹਨਾਂ ਕਬਰਾਂ ਨੂੰ ਬਣਿਆ ਨੂੰ। ਹਜ਼ਰਤ ਗਿਰਾਮੀ ਕਦਮ ਜ਼ਾਹਿਰ ਹੋ ਗਿਆ, ਬੁਖਾਰੀ ਸ਼ਰੀਫ ਤੇ ਪੜਨਾ ਵਾ। ਲੋਕ ਡਰ ਗਏ, ਲੋਕਾਂ ਨੇ ਆਖਿਆ ਸ਼ਾਇਦ ਸਰਕਾਰ ਅਬਦੁੱਲਾ ਦੇ ਸ਼ਹਿਜ਼ਾਦੇ ਆਮਿਨਾ ਦੇ ਚੰਨ ਸਰਕਾਰ ਮੁਹੰਮਦ ਕਰੀਮ ਦਾ ਕਦਮ ਮੁਬਾਰਕ ਹੈ। ਜਨਾਬੇ ਉਰਵਾ ਵੀ ਡਰੇ ਡਰੇ ਅੱਗੇ ਵਲੇ ਮਜਮਾ ਚੀਰ ਕੇ ਅੱਗੇ ਆਏ, ਅੱਖੋਂ ਵੱਧ ਉੱਤੇ ਕਦਮ ਵੇਖ ਕੇ ਕਹਿੰਦੇ ਨੇ ਲਾ ਵੱਲਾਹਿ ਮਾ ਹੀਆ ਕਦਮ ਨਬੀ ਮਾ ਹੀਆ ਇੱਲਾ ਕਦਮ ਉਮਰ। ਕਹਿੰਦੇ ਨੇ ਅੱਲਾ ਦੀ ਇੱਜ਼ਤ ਜਲਾਲਤ ਦੀ ਕਸਮ ਹੈ, ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ, ਮੈਂ ਪਹਿਚਾਣ ਲਿਆ ਏ ਇਹ ਪੈਰ ਸਰਕਾਰ ਦਾ ਨਹੀਂ ਸਰਕਾਰ ਦੇ ਕਦਾ ਉਮਰ ਇਬਨੇ ਖਤਾਬ। ਤੂੰ ਜੋ ਮਰਜ਼ੀ ਕਹਿ ਪਰ ਸੁਣੀ ਤੇ ਮੰਨੇ ਬੈਠੇ ਨੀ, ਜ਼ਮੀਨ ਮੈਲੀ ਨਹੀਂ ਹੋਤੀ ਜ਼ਮਨ ਮੈਲਾ ਹੋਤਾ, ਜ਼ਮੀਨ ਮੈਲੀ ਨਹੀਂ ਹੋਤੀ ਜ਼ਮਨ ਮੈਲਾ ਨਹੀਂ।